ਦੱਸ ਕਿਵੇਂ ਬੁਲਾਇਆ ਸੀ? ਮੈਂ ਤੁਹਾਨੂੰ ਕਿਹੜਾ ਪਤਾ ਨਹੀਂ ਵੀ ਕਿਵੇਂ ਬੁਲਾਇਆ ਸੀਗਾ। ਮੇਰੀ ਗੱਲ ਸੁਣੋ, ਹੁਣ ਬਹੁਤ ਟਾਈਮ ਬੀਤ ਗਿਆ, ਕਿੰਨਾ ਕੁ ਟਾਈਮ ਇਸ ਤਰ੍ਹਾਂ ਚੋਰੀਆਂ ਜੀਆਂ ਕਰਦੇ ਰਹਾਂਗੇ। ਮੇਰੀ ਗੱਲ ਸੁਣੋ, ਆਪਣਾ ਵਿਆਹ ਦੀ ਤਿਆਰੀ ਕਰ ਲਓ ਹੁਣ। ਓਏ ਖੜ ਜਾ, ਆ 2-4 ਮਹੀਨੇ ਟਪਾ ਲੈ। ਪਹਿਲੀ ਸਾਡੇ ਵਾਲੇ ਨੇ ਚੰਦ ਚਾੜਿਆ ਹੋਇਆ, ਅਗਲਾ ਕਹਿੰਦਾ ਮਾਂ ਨਹੀਂ ਪਿਓ ਨਹੀਂ, ਇਹਨੇ ਸਾਡੇ ਨਵੇਂ ਚੱਜ ਕਰਦੇ ਫਿਰਦੇ ਨੇ। ਅਤੇ ਚੰਦ ਹੀ ਤਾਂ ਆਪਾਂ ਚਾੜਨਾ ਹੈ, ਜੇ ਉਹਨੇ ਚਾੜਦਾ ਤਾਂ ਫਿਰ ਤਾਂ ਕੀ ਹੈ। ਉਹ ਫਿਰ ਹੁਣ ਥੋੜ੍ਹਾ ਜਿਹਾ ਤਾਂ ਟਾਈਮ ਟਪਾ ਲੈ, ਹੈ ਕੋਈ ਨਹੀਂ। ਮੇਰੀ ਗੱਲ ਸੁਣੋ, ਹਾਂ ਕਰਦੇ ਫਿਰ ਕਿਤੇ ਹੋਰ ਦੇ ਕਰ ਦੇਣਗੇ, ਫਿਰ ਚੰਗੇ ਰਹੋਗੇ। ਐਂ ਕਿਵੇਂ ਕਰ ਦੇਣਗੇ ਘਰਦੇ? ਲੈ ਅਗਲਿਆਂ ਨੂੰ ਪਤਾ ਹੀ ਹੈ ਵਾਹ, ਵੀ ਕੁੜੀ ਵੀ ਸਾਡੀ ਉਮਰੋਂ ਲੰਘ ਗਈ ਪਈ ਆ। ਉਹ ਕੋਈ ਨਹੀਂ ਕੋਈ ਨਹੀਂ, ਆਪਾਂ ਬਸ 2 ਮਹੀਨੇ ਖੜ ਤੂੰ, ਐਨੇ ਕੋਈ ਹੁੰਦੀ ਹੈ ਸੈਟਿੰਗ, ਨਾਲ ਦੀ ਨਾਲ ਕਰਾ ਲਾਂਗੇ ਆਪਾਂ ਵਿਆਹ। 2 ਮਹੀਨੇ ਤਾਂ ਤੁਹਾਨੂੰ ਐਂ ਹੋ ਗਏ ਨੇ ਲਾਰੇ ਲਾਉਂਦੇ ਨੇ, ਬਸ ਹੁੰਦੀ ਹੈ ਸੈਟਿੰਗ, ਬਸ ਹੁੰਦੀ ਹੈ ਸੈਟਿੰਗ। ਸੈਟਿੰਗ ਸੂਟਿੰਗ ਐਂ ਨਹੀਂ ਹੁੰਦੀ ਹੁੰਦੀ, ਸੈਟਿੰਗਾਂ ਕਰਿਆਂ ਤੋਂ ਹੁੰਦੀਆਂ ਨੇ। ਓਏ ਕੋਈ ਨਹੀਂ, ਸਾਰਾ ਕੁਛ ਹੋ ਜੂ, ਤੂੰ ਦੇਖੀ ਤਾਂ ਮੇਰੇ ਦਿਮਾਗ 'ਚ ਹੈ ਸਾਰਾ ਕੁਛ। ਆਹੋ ਸਾਰਾ ਦਿਨ ਕੋਠੀਆਂ ਦੇ ਸੌਦੇ ਕਰਾਲੇ, ਜ਼ਮੀਨਾਂ ਦੇ ਸੌਦੇ ਕਰਾਲੇ, ਉੱਧਰ ਹੀ ਬਿਜ਼ੀ ਰਹਿੰਦੇ ਹੋ। ਜਿਵੇਂ ਸਾਡੇ ਵਾਲੇ ਨੇ ਕਰਿਆ ਨਾ ਕੰਮ, ਮੈਨੂੰ ਵੀ ਹੁਣ ਕਰਨਾ ਹੀ ਹੋਊ ਕੁਛ ਨਾ ਕੁਛ। ਇੱਕੋ ਥਾਲੀ ਦੇ ਚੱਟੇ ਵੱਟੇ ਹੋ ਸਾਰੇ। ਉਹ ਫਿਰ ਹੁਣ ਕਰੀਏ ਕੀ, ਕਹਿੰਦੇ ਐਂ ਨਹੀਂ ਸੋਚਿਆ ਵੀ ਵੱਡਾ ਬੈਠਾ ਪਹਿਲਾਂ ਮੈਂ ਕਿਉਂ ਕਰਾਵਾਂ। ਹੈਂ ਮੈਂ ਤੁਹਾਨੂੰ ਕਿਹਾ ਸੀ ਪਹਿਲਾਂ ਤੁਸੀਂ ਕਰਾ ਲਓ, ਠੀਕ ਹੈ, ਅਗਲਾ ਤਾਂ ਨਾ ਜਿੱਤ ਗਿਆ ਬਾਜੀ। ਕੋਈ ਚੱਲ ਫਿਰ ਮੈਂ ਹੁਣ ਜਾਂਦੀ ਹਾਂ। ਚੱਲ ਠੀਕ ਹੈ, ਤੁਸੀਂ ਜਾਓ ਨਹੀਂ ਤਾਂ। ਹੈਂ ਤੁਸੀਂ ਜਾਓ, ਮੈਂ ਜਾਵਾਂ ਪਹਿਲਾਂ। ਚੱਲ ਠੀਕ ਹੈ ਫਿਰ, ਮਿਲਦੇ ਹਾਂ ਕੱਲ੍ਹ ਨੂੰ। ਠੀਕ ਹੈ ਬਸ, ਮੈਨੂੰ ਲੱਗਦਾ ਹੈ ਇਹ ਵੀ ਐਂ ਲਾਰਿਆਂ ਲੂਰਿਆਂ 'ਚ ਸਾਰੂਗਾ। ਮੈਂ ਤਾਂ ਉੱਥੋਂ ਤਲਾਕ ਵੀ ਬੜੀ ਛੇਤੀ ਲੈ ਲਿਆ ਇਹਦੇ ਮਾਰੀ, ਪਰ ਇਹ ਹਜੇ ਕੁਛ ਲੱਗਦਾ ਹੀ ਨਹੀਂ ਵੀ ਕੁਛ ਕਰਨ ਵਾਲਾ। ਇੱਕ ਤਾਂ ਇਹਨਾਂ ਦਾ ਛੋਟੜਾ ਜਿਹਾ, ਉਹ ਪਹਿਲਾਂ ਹੀ ਲਿਆ ਕੇ ਬੈਠ ਗਿਆ। ਜੀ ਮੇਰੀ ਗੱਲ ਸੁਣੋ। ਹਾਂ ਸੁੱਖ ਬੋਲ। ਵੀਰ ਨੂੰ ਕੋਈ ਕੰਮ ਕਾਰ ਕਰ ਲਿਆ ਕਰੇ, ਸਾਰਾ ਦਿਨ ਫੋਨ ਤੇ ਲੱਗਾ ਰਹਿੰਦਾ, ਖੇੜਾ ਹੀ ਨਹੀਂ ਛੱਡਦਾ। ਅੱਛਾ ਹੋਰ ਕੀ, ਜਾਂ ਫਿਰ ਸ਼ੀਸ਼ਾ ਮੋਚਣਾ ਲੈ ਕੇ ਬਹਿ ਜੂਗਾ, ਐ ਲੱਗਾ ਰਹੂਗਾ ਸਾਰਾ ਦਿਨ। ਦੱਸ ਵੀਰ ਨੂੰ ਕਿਹੜੀ ਨਵੀਂ ਜਵਾਨੀ ਚੜ੍ਹੀ ਆ? ਉਹ ਸੁੱਖ ਬਾਈ ਨੂੰ ਵੀ ਆਸ ਹੈਗੀ ਆ ਕਿ ਕਿਤੇ ਮੇਰਾ ਵਿਆਹ ਹੋ ਜਾਵੇ। ਆਹੋ ਡੋਲਾ ਐਸੇ ਵਾਸਤੇ ਰੱਖਿਆ ਨਾ, ਚਾਰੀਆਂ ਤਾਂ ਟੱਪਿਆ ਪਿਆਗਾ। ਉਹ ਐਵੇਂ ਨਹੀਂ ਕਰੀਦਾ, ਚੱਲ ਵੱਡਾ ਬਾਈ ਹੈ, ਚੱਲ ਆਸ ਤਾਂ ਹਰੇਕ ਬੰਦੇ ਨੂੰ ਹੁੰਦੀ ਹੈ। ਨਾ ਘਰੇ ਕੀ ਨਹੀਂ ਮਿਲਦਾ, ਰੋਟੀ ਪੱਕੀ ਮਿਲਦੀ ਨਹੀਂ ਆ? ਉਹ ਰੋਟੀ ਤਾਂ ਮਿਲਦੀ ਹੈ, ਹੁਣ ਕਿਸੇ ਦੀ ਆਸਾਂ 'ਤੇ ਆਪਾਂ ਪਾਣੀ ਥੋੜ੍ਹਾ ਪਾ ਸਕਦੇ ਹਾਂ। ਦੱਸ ਮੈਨੂੰ। ਠੀਕ ਆ, ਨਹੀਂ ਕਹਿਣਾ ਨਾ ਤੁਸੀਂ, ਨਾ ਕਹੋ, ਜੋ ਕਰਨਾ ਕਰੀ ਚੱਲੋ। ਉਹ ਸਮਝਾ ਦਾਂਗਾ, ਤੂੰ ਫਿਕਰ ਨਾ ਕਰ, ਜਦੋਂ ਲੋਕੀ ਗੱਲਾਂ ਕਰਨਗੇ ਫਿਰ ਹਟਿਓ। ਪਤਾ ਨਹੀਂ ਕੀ ਗੱਲ ਹੋ ਗਈ, ਜੇ ਦਾੜੀ 'ਚ ਚਿੱਟੇ ਚਾਰ ਕੱਢ ਵੀ ਲਏ ਬਾਈ ਨੇ ਤਾਂ ਕੀ ਹੈ, ਆਸ ਤਾਂ ਹੁੰਦੀ ਹੈ ਹਰੇਕ ਨੂੰ। ਹੁਣ ਸੁੱਖ ਆਪਣੀਆਂ ਗੱਲਾਂ ਭੁੱਲ ਗਈ, ਮੈਂ ਵੀ ਤਾਂ ਤੇਰੇ ਨਾਲ ਵਿਆਹ ਕਰਾਇਆ ਹੀ ਹੈ। ਕੀ ਹਾਲ ਹੈ ਕਰਮੇ ਬਾਈ? ਕਿਵੇਂ ਸੱਤੀ? ਠੀਕ ਠਾਕ। ਉਹ ਵਧੀਆ, ਉਹ ਕਿੱਧਰ ਫਿਰਦਾ ਤੂੰ? ਬਸ ਬਾਈ ਖੇਤਾਂ ਨੂੰ ਜਾ ਰਿਹਾ ਸੀ। ਅੱਛਾ ਹਾਂ, ਤੇ ਤੁਹਾਡੇ ਵਾਲੇ ਗੋਪੀ ਦਾ ਕੀ ਹਾਲ ਹੈ? ਓਏ ਉਹਦੇ ਹਾਲ ਤਾਂ ਪੂਰੇ ਵਧੀਆ ਨੇ, ਲੈਂਦਾ ਨਜ਼ਾਰੇ, ਫੁੱਲ ਨਜ਼ਾਰੇ ਆ ਉਹਨੂੰ, ਪੰਜੇ ਘਿਓ ਚ ਨੇ। ਓਏ ਪੰਜੇ ਘਿਓ ਚ, ਮੈਂ ਕਹਿੰਦਾ ਦਸੇ ਘਿਓ ਚ ਨੇ ਉਹਦੀਆਂ ਬਾਈ। ਹਾਂ
ਤੂੰ ਆਪਦੇ ਬਾਰੇ ਨਹੀਂ ਸੋਚਿਆ? ਓਏ ਆਪਦੇ ਬਾਰੇ ਕੀ ਸੋਚਾਂ, ਸਾਲੇ ਨੇ ਥੂ ਥੂ ਕਰਾਈ ਪਈ ਆ ਸਾਰੇ ਪਿੰਡ 'ਚ, ਨਵਾਂ ਚੰਦ ਚਾੜ ਕੇ ਰੱਖਤਾ ਹੈ, ਇੰਜ ਐਂ ਨਹੀਂ ਸੋਚਿਆ ਵੀ ਵੱਡਾ ਬੈਠਾ। ਸਹੀ ਗੱਲ ਹੈ ਬਾਈ। ਅਤੇ ਹੋਰ ਹੁਣ ਘਰ ਕੋਈ ਰਿਸ਼ਤਾ ਆਉਂਦਾ ਨਹੀਂ, ਸੱਤੀ ਤੈਨੂੰ ਪਤਾ ਹੀ ਹੈ। ਹੈਂ ਬਾਈ, ਫਿਰ ਤਾਂ ਔਖਾ ਹੈ ਤੇਰਾ। ਕੋਈ ਔਖਾ ਤਾਂ ਕੋਈ ਗੱਲ ਨਹੀਂ, ਮੈਂ ਵੀ ਕੋਈ ਟਾਂਕਾ ਫਿੱਟ ਕਰੀ ਬੈਠਾ। ਅੱਛਾ ਜੀ ਬਾਈ, ਫਿਰ ਤਾਂ ਵਧੀਆ ਗੱਲ ਹੈ, ਦੇਰੀ ਨਾ ਕਰ। ਆਹ ਜਿਹੜੀ ਹੁੰਦੀ ਨਹੀਂ ਕੋਟ ਕੂਟ ਜੀ ਮੈਰਿਜ, ਕਰਵਾ ਲੈ। ਓਏ ਹਾਂ, ਤੂੰ ਕਿਉਂ ਢਿੱਲ ਵਰਤਦਾ? ਓਏ ਤਾਂ ਗੱਲ ਤੇਰੀ ਸਹੀ ਹੈ, ਨਾਲੇ ਖਰਚਾ ਖੁਰਚਾ ਬਚ ਜੂਗਾ। ਹਾਂ, ਹੁਣ ਨਾ ਕਿਸੇ ਦੀ ਗੱਲਾਂ 'ਚ ਆਈ, ਜਿਹੜੇ ਟਾਂਕੇ ਟੂੰਕੇ ਜੀ ਨੇ ਤਾਂ ਟੁੱਟ ਜਾਂਦੇ ਨੇ। ਅੱਛਾ, ਜੇ ਬਣਦਾ ਕੰਮ ਤਾਂ ਬਣਾ ਲੈ, ਘਰ ਬਣ ਜਾਏਗਾ ਤੇਰਾ। ਤਾਂ ਗੱਲ ਤੇਰੀ ਸਹੀ ਹੈ, ਚੰਗਾ ਸੱਤੀ। ਠੀਕ ਹੈ ਬਾਈ, ਗੌਰ ਕਰੀ ਮੇਰੀ ਗੱਲ ਤੇ। ਜ਼ਰੂਰ। ਠੀਕ ਹੈ ਬਾਈ, ਠੀਕ ਹੈ। ਲੈ ਵੀ ਸੱਤੀ ਸਿਆਂ, ਜੇ ਤਾਂ ਤੇਰੀਆਂ ਗੱਲਾਂ 'ਚ ਆ ਗਿਆ, ਫਿਰ ਤਾਂ ਮਿੱਤਰਾ ਚੰਦ ਤੂੰ ਵੀ ਚਾੜ ਹੀ ਦੇਣਾ। ਵੈਸੇ ਹੈ ਵਿਚਾਰਾ ਭਲੇ ਮਾਨਸ, ਜੇ ਵਿਚਾਰੇ ਦਾ ਘਰ ਬਣਦਾ ਨਾ, ਬਣ ਜੇ ਵਧੀਆ ਗੱਲ ਹੈ, ਰੋਟੀ ਜੋਗਾ ਹੋ ਜਾਏਗਾ। ਸ਼ੁਕਰ ਹੈ ਆਦਾ ਗਿਆ। ਉਹ ਬਾਈ ਕੀ ਹਾਲ ਹੈ? ਉਹ ਵਧੀਆ। ਕਿੱਥੇ ਰਹਿੰਦਾ ਅੱਜ ਕੱਲ੍ਹ, ਘਰ ਦਿਸਦਾ ਹੀ ਨਹੀਂ। ਉਹ ਇੱਥੇ ਸੀ, ਉਹ ਇੱਕ ਕੋਠੀ ਵਿਕਾਉਣੀ ਸੀ, ਉਹਦਾ ਕਰਾ ਕੇ ਆਇਆ ਹੱਲ ਮੈਂ ਕੋਈ। ਉਹ ਤਾਂ ਗੱਲ ਠੀਕ ਹੈ ਬਾਈ, ਮੈਨੂੰ ਤੇਰੇ ਲੱਛਣ ਜੇ ਸਹੀ ਨਹੀਂ ਲੱਗ ਰਹੇ ਅੱਜ ਕੱਲ੍ਹ। ਕਿਉਂ, ਕੀ ਹੋ ਗਿਆ ਮੇਰੇ ਲੱਛਣਾਂ ਨੂੰ ਹੁਣ? ਉਹ ਛੋਟਾ ਭਰਾ ਤੇਰਾ ਬਾਈ, ਤਾਂ ਸਮਝਾ ਰਿਹਾ, ਕੰਮ ਤੇ ਧਿਆਨ ਦੇ ਲੈ ਬਾਈ। ਤੂੰ ਕੀ ਸਮਝਾਏਗਾ ਮੈਨੂੰ, ਹੁਣ ਦੀਂਦਾ ਨੀਗਾ। ਉਹ ਬਾਈ ਉਹ ਗੱਲ ਨਹੀਂ, ਜੈਂਟ ਨੇ ਤਿੰਨ ਗੇੜੇ ਮਾਰ ਲਏ, ਉਹਨੂੰ ਕੋਠੀ ਦਵਾਣੀ, ਉਹਨੂੰ ਵੀ ਤਾਂ ਦਵਾ ਦੇ। ਉਹ ਕੋਈ ਨਹੀਂ, ਦਵਾ ਦਾਂਗੇ ਕੋਠੀ। ਮੈਨੂੰ ਨਹੀਂ ਲੱਗਦਾ ਤੇਰਾ ਕੰਮ 'ਚ ਧਿਆਨ ਹੈ। ਆ ਲੈ, ਆਉਂਦੇ ਹੀ ਫੋਨ ਨੂੰ ਲੱਗ ਗਿਆ ਬਾਈ। ਹੁਣ ਕਿਹਦਾ ਫੋਨ ਆਇਆ? ਉਹ ਤਾਂ ਕਿਸੇ ਕੰਮ ਵਾਲੇ ਦਾ ਯਾਰ। ਤੂੰ ਕੋਈ ਨਹੀਂ, ਬਾਅਦ 'ਚੋਂ ਕਰਦਾ ਤੇਰੇ ਨਾਲ ਗੱਲ। ਜ਼ਰੂਰੀ। ਆਹ ਦੇਖ ਲਓ ਕਿਵੇਂ ਟੌਰ ਕੱਢੀ ਹੋਈ ਆ, ਲੱਛਣ ਸਹੀ ਨਹੀਂ ਲੱਗਦੇ ਮੈਨੂੰ ਇਹਦੇ। ਚੱਲ ਛੱਡ, ਤੂੰ ਕੀ ਲੈਣਾ? ਲੈਣਾ ਕਿਉਂ ਨਹੀਂ, ਲੋਕੀ ਗੱਲਾਂ ਕਰਦੇ ਆ। ਹੁਣ ਮੈਂ ਤਾਂ ਸਮਝਾ ਦਿੱਤਾ, ਜੇ ਸਮਝ ਆਵੇ ਤਾਂ ਵਧੀਆ। ਚੱਲ ਪਿਆਰ ਨਾਲ ਫਿਰ ਸਮਝਾਵਾਂਗਾ ਇਹਨੂੰ ਇੱਕ ਵਾਰ, ਪੁੱਛਾਂਗਾ ਗੱਲ ਕੀ ਹੈ, ਜੇ ਦੱਸ ਦਿੱਤਾ ਤਾਂ ਇਹਨੇ ਫਿਰ ਠੀਕ ਹੈ। ਠੀਕ ਆ, ਇਹ ਨਾ ਹੋਵੇ ਕਿ ਤਮਾਸ਼ਾ ਬਣਿਆ ਹੋਵੇ। ਗੱਲ ਸੁਣ। ਹਾਂ। ਆ ਰੋਟੀ ਤਿਆਰ ਕਰ ਦੇ, ਨਾਲੇ ਬਾਈ ਨੂੰ ਖਵਾ ਦੇ। ਠੀਕ ਆ, ਬਣਾ ਦਿੰਦੀ ਹਾਂ। ਮੈਨੂੰ 10 ਮਿੰਟ ਹੋ ਗਏ ਖੜੀ ਨੂੰ, ਅਜੇ ਤੱਕ ਨਹੀਂ ਆਇਆ। ਭਾਵੇਂ ਨਹੀਂ ਕੋਈ ਦੇਖਦਾ, ਫਿਰ ਵੀ ਔਖਾ ਹੈ। ਆ ਗਈ? ਮੈਂ ਤਾਂ ਆ ਗਈ, ਇੰਨਾ ਟਾਈਮ ਲਾਤਾ। ਉਹ ਪੁੱਛਣਾ, ਰਾਜ ਕਿਸੇ ਨੇ ਖੜਾ ਲਿਆ ਸੀ ਮੈਨੂੰ। ਅੱਛਾ, ਹੋਰ ਫੇਰ ਹੁਣ ਖੜਾ ਛੜਾ ਕੇ ਆਇਆ ਤੂੰ? ਕੀ ਕਹਿਣਾ ਸੀ? ਉਹ ਮੈਂ ਤਾਂ ਐਂ ਕਹਿਣਾ ਸੀ, ਤੂੰ ਹੁਣ ਆਪਦੀ ਤਿਆਰੀ ਖਿੱਚ ਲੈ। ਕਿਵੇਂ ਕਿਵੇਂ, ਹੁਣ ਤੈਨੂੰ ਪਤਾ ਨਹੀਂ ਲੱਗਣੀ ਕਿਵੇਂ? ਫੇਰ ਵੀ ਦੱਸੋ ਤੁਸੀਂ। ਓਏ ਹੁਣ ਤੈਨੂੰ ਘਰੇ ਲੈ ਕੇ ਚੱਲੂੰਗਾ। ਹੈਂ? ਹੋਰ ਸੱਚੀ?
ਹੋਰ ਫਿਰ ਘਰੇ ਗੱਲ ਕਰ ਲਈ ਆਪਦੇ ਭਰਾ ਭਰਜਾਈ ਨਾਲ? ਓਏ ਬਸ ਗੱਲ ਕਰੀ ਹੈ, ਤੂੰ ਆਪਦੀ ਨਾ ਤਿਆਰੀ ਖਿੱਚ। ਤਿਆਰੀ? ਹਾਂ ਫਿਰ ਵੀ ਦੱਸੋ ਕੋਈ ਗੱਲ ਦਾ ਮੂੰਹ ਸਿਰ ਤਾਂ ਹੋਵੇ। ਓਏ ਮੂੰਹ ਸਿਰ ਕੀ, ਹੁਣ ਤੈਨੂੰ ਪਤਾ ਨਹੀਂ ਵੀ ਆਪਾਂ ਵਿਆਹ ਕਰਾਵਾਂਗੇ? ਨਹੀਂ ਵਿਆਹ ਤਾਂ ਕਰਾਵਾਂਗੇ, ਫਿਰ ਘਰੇ ਗੱਲ ਗੁੱਲ ਕੀਤੀ ਹੈ ਕਿ ਨਹੀਂ ਕਿਵੇਂ? ਓਏ ਸਾਰਾ ਕੁਛ ਘਰੇ ਗੱਲ ਹੋ ਗਈ ਮੇਰੀ। ਬਸ ਠੀਕ ਹੈ, ਆਪਾਂ ਸਵੇਰੇ ਮਿਲਦੇ ਹਾਂ ਚੰਡੀਗੜ੍ਹ। ਚੰਡੀਗੜ੍ਹ? ਅਤੇ ਹੋਰ ਉੱਥੇ ਰਹਿਣ ਲੱਗਾਂਗੇ? ਓਏ ਨਹੀਂ, ਉੱਥੇ ਕੀ ਕਹਿੰਦੇ ਹੁੰਦੇ ਨੇ, ਕੋਰਟ ਮੈਰਿਜ ਜੀ ਕਰਾਉਣੀ ਪਊ ਆਪਾਂ ਨੂੰ। ਅੱਛਾ ਹਾਂ, ਚਲ ਸ਼ੁਕਰ ਆ, ਮੇਰੇ ਤਾਂ ਘਰਦਿਆਂ ਨੇ ਆਪ ਪੈਰਾਂ ਤੇ ਲੱਗ ਮਚਾਈ ਹੋਈ ਸੀ ਵੀ ਕੁੜੀ ਨੂੰ ਛੇਤੀ ਛੇਤੀ ਦੂਜੀ ਵਾਰ ਵੀ ਵਿਆਹ ਦੀਏ ਹੁਣ। ਕੋਈ ਨਹੀਂ, ਅੱਗ ਮਚਾਈ ਸੀ ਪਰ ਡਰ ਤਾਂ ਲੱਗਦਾ, ਕੰਮ ਔਖਾ ਹੈ। ਕੋਈ ਨਹੀਂ, ਔਖੇ ਕੰਮ ਹੀ ਕਰਨੇ ਆ ਹੁਣ। ਸਾਡੇ ਵਾਲਾ ਬੁੜਾ ਜਿਹਾ ਤਾਂ ਪਹਿਲੇ ਦਾਰੂ ਪੀ ਕੇ ਰੱਜਾ ਰਹਿੰਦਾ, ਨਹੀਂ ਪਤਾ ਕਦੋਂ ਗਾਟਾ ਲਾ ਦੇ। ਉਹ ਚੱਲ ਤੂੰ ਡਰਨਾ, ਹੁਣ ਹੁਣ ਤਾਂ ਮੈਂ ਤੈਨੂੰ ਲੈ ਜੂੰਗਾ। ਹੈ ਠੀਕ ਹੈ, ਹਾਂ ਪੱਕਾ ਨਾ ਹੁਣ ਕਿਤੇ ਬੇਇੱਜ਼ਤੀ ਜੀ ਕਰਾ ਦੇ। ਉਹ ਨਹੀਂ, ਸਾਰੀ ਗੱਲਬਾਤ ਪੂਰੀ ਫਿੱਟ ਹੈ। ਉਹ ਕੀ ਗੱਲ? ਬਸ ਹਾਂ, ਆਪਾਂ ਬਸ ਉੱਥੇ ਪਹੁੰਚਣਾ ਸਹੀ ਟਾਈਮ 'ਤੇ। ਚੱਲ ਠੀਕ ਹੈ, ਠੀਕ ਹੈ, ਠੀਕ ਹੈ, ਓਕੇ ਓਕੇ। ਖੁਸ਼ ਹੈ? ਖੁਸ਼ ਹਾਂ। ਚੱਲ ਫਿਰ ਕਰ ਲੈ ਤਿਆਰੀ ਜਾ ਕੇ ਹੁਣ, ਪਰ ਅੰਦਰੋਂ ਡਰ ਲੱਗਦਾ ਉੱਤੋਂ ਖੁਸ਼ ਹਾਂ। ਕੋਈ ਨਹੀਂ, ਐਂ ਨਹੀਂ ਡਰੀਦਾ ਹੁੰਦਾ। ਚੱਲ ਠੀਕ ਹੈ, ਮੈਂ ਜਾਂਦੀ ਹਾਂ ਫਿਰ। ਹਾਂ ਹਾਂ, ਮੈਨੂੰ ਦੱਸ ਦਿਓ ਫਿਰ ਹੁਣ ਕੁਛ ਟਾਈਮ ਟੂਮ। ਕੋਈ ਨਹੀਂ, ਮੈਂ ਫੋਨ ਕਰ ਦੂੰਗਾ। ਚੱਲ ਓਕੇ। ਬਹੁਤ ਸ਼ੁਕਰ ਹੈ, ਇਹ ਤਾਂ ਮੰਨ ਗਈ। ਲੈ ਵੀ ਮਿੱਤਰਾ, ਹੁਣ ਤਾਂ ਤੂੰ ਵੀ ਖਿੱਚ ਲਾ ਤਿਆਰੀ, ਉਹ ਸਵੇਰੇ ਸੁਨੇਹਾ ਜਾਣਾ ਪਊ। ਹਾਏ ਹਾਏ, ਵਿਆਹ ਦਾ ਚਾਈ ਵਾਲਾ ਹੈ। ਚਲੋ ਵੀ ਚਲੀ ਗਈ, ਮੈਂ ਵੀ ਤਿਆਰੀ ਕਰਨੀ। ਤੁਸੀਂ ਕਿੱਥੇ ਚਲੇ ਗਏ ਸੀ? ਮੈਂ ਤਾਂ ਖੇਤ ਗੇੜਾ ਮਾਰਨ ਗਿਆ ਸੀ। ਕਿਉਂ, ਕੀ ਗੱਲ ਹੋ ਗਈ? ਵੀਰਾ ਨਾ ਘਰ ਹੀ ਨਹੀਂ ਵੜਦਾ ਹੈਗਾ, ਪਤਾ ਨਹੀਂ ਕਿਹੜੀਆਂ ਕੋਠੀਆਂ ਵਿਕਾਉਂਦਾ ਰਹਿੰਦਾ ਲੋਕਾਂ ਦੀਆਂ। ਮੈਨੂੰ ਤਾਂ ਇਹ ਡਰ ਆ ਕਿਤੇ ਲੋਕਾਂ ਦੀਆਂ ਵਿਖਾਉਂਦਾ ਵਿਖਾਉਂਦਾ ਆਪਣੀਆਂ ਨਾ ਵੇਚ ਬੈਠੇ, ਜਿਹੋ ਜਿਹੇ ਲੱਛਣ ਫੜੇ ਹੋਏ ਆ। ਚੱਲ ਕੋਈ ਤਾਂ ਕੰਮ ਲੱਗਿਆ ਹੋਇਆ, ਵਿਹਲਾ ਤਾਂ ਨਹੀਂ ਰਹਿੰਦਾ। ਇਹ ਤਾਂ ਉਦੋਂ ਨਹੀਂ ਪਤਾ ਲੱਗੂਗਾ ਜਿੱਦਣ ਆਪਣਾ ਵੇਚ ਗਿਆ ਸਾਰਾ ਕੁਛ। ਮੈਨੂੰ ਤਾਂ ਸਮਝ ਨਹੀਂ ਆਉਂਦੀ ਤੂੰ ਲੜਦੀ ਕਿਉਂ ਰਹਿੰਦੀ ਸਾਰਾ ਦਿਨ। ਸਹੀ ਲੜਦੀ ਮੈਂ, ਸੁੱਖ ਹਿੱਸੇ 'ਚ 4 ਕਿੱਲੇ ਉਹਨੂੰ ਵੀ ਆਉਂਦੇ ਨੇ, ਉਹਨੂੰ ਨਾ ਕੁਝ ਬੋਲਦੀ, ਤੈਨੂੰ ਪਤਾ ਨਹੀਂ ਉਹ ਤਿੰਗੜ ਕੇ ਖੜ ਜਾਏਗਾ। ਅੱਜ ਤਾਂ ਉਹਦਾ ਵਿਆਹ ਨਹੀਂ ਹੋਇਆ ਹੋਇਆ, ਉਹ ਜ਼ਮੀਨ ਆਪਣੇ ਕੋਲ ਹੀ ਆਉਣੀ ਹੈ ਸਾਰੀ, ਸਮਝਿਆ ਕਰ ਤੂੰ ਗੱਲ ਨੂੰ। 4 ਰੋਟੀਆਂ ਖਾਣੀਆਂ ਨਾ ਉਹਨੇ, ਚੰਗੀ ਭਲੀ ਮਿਲੀ ਤਾਂ ਜਾਂਦੀ ਰੋਟੀ ਉਹਨੂੰ। ਹੁਣ ਤਾਂ ਆਂਢ ਗੁਆਂਢ ਵੀ ਗੱਲਾਂ ਕਰਨ ਲੱਗ ਗਿਆ, ਆਹ ਤੇਰਾ ਨਾ ਜੇਠ ਟੌਰ ਕੱਢ ਕੇ ਜਾਂਦਾ ਗਾ, ਮੈਨੂੰ ਤਾਂ ਸ਼ਰਮ ਆਉਂਦੀ ਗੱਲਾਂ ਸੁਣ ਸੁਣ ਕੇ, ਤਮਾਸ਼ਾ ਬਣਾ ਰੱਖਿਆ ਉਈ। ਉਹ ਸੁੱਖ ਠੰਡੀ ਰਿਹਾ ਕਰ, ਮੈਂ ਸਮਝਾ ਦਾਂਗਾ ਆਪੇ ਉਹਨੂੰ। ਪਤਾ ਨਹੀਂ ਕਦੋਂ ਸਮਝਾਉਣਾ, ਹਰ ਵਾਰੀ ਇਹੀ ਗੱਲ ਕਹਿ ਦਿੰਦੇ ਹੋ। ਗੋਪੀ ਨੂੰ ਦੱਸਾਂਗੇ ਨਾ? ਚੱਲ ਦੱਸਦਾ ਨਾ ਵੀ ਤੇਰੀ ਹਿੱਕਤ ਦੀ ਬਵਾ ਨਾ ਲੱਗਿਆ। ਨਾ ਨਾ ਜਰਾ ਜੇ ਦੱਸਦਾ ਨਾ ਉਹਨੇ ਮੈਨੂੰ ਜਾਣ ਨਹੀਂ ਦੇਣਾ, ਘਰੇ ਤਾਂ ਮੈਨੂੰ ਝੂਠ ਬੋਲ ਕੇ ਜਾਣਾ ਪਊਗਾ। ਚੱਲ ਲੜਾਉਂਦਾ ਮੈਂ ਕੋਈ ਸਕੀਮ। ਉਹ ਕਿਵੇਂ ਬੈਠਾ ਗੋਪੀ? ਉਹ ਮੈਂ ਤਾਂ ਬਾਈ ਖੇਤ ਗੇੜਾ ਮਾਰ ਕੇ ਆਇਆ ਸੀ, ਜੀਰੀ ਪਾਕੀ ਕੰਬਾਈਨ ਲਾਉਣੀ ਪੈਣੀ ਆਪਾਂ ਨੂੰ। ਅੱਛਾ, ਹਾਂ ਤੂੰ ਕਿੱਧਰ ਗਿਆ ਸੀ ਬਾਈ? ਉਹ ਮੈਂ ਤਾਂ ਇੱਥੇ ਕੋਈ ਕੰਮ ਜਾ ਕੇ ਆਇਆ। ਅੱਛਾ ਗੋਪੀ, ਛੋਟੀ ਵੀਰ ਮੈਂ ਤੇਰੇ ਨਾਲ ਇੱਕ ਗੱਲ ਕਰਨੀ ਸੀ। ਹਾਂ ਬੋਲ ਬਾਈ।
ਅੱਛਾ ਮੈਂ ਕਹਿੰਦਾ ਸੀਗਾ ਮੈਨੂੰ ਨਾ ਸਵੇਰੇ ਚੰਡੀਗੜ੍ਹ ਜਾਣਾ ਪਊਗਾ। ਚੰਡੀਗੜ੍ਹ ਜਾਣਾ ਪੈਣਾ, ਉਹ ਐਵੇਂ ਦਾ ਕੀ ਕੰਮ ਪੈ ਗਿਆ? ਓਏ ਉੱਥੇ ਆਪਾਂ ਨੂੰ ਇੱਕ ਤਕੜੀ ਪਾਰਟੀ ਚੱਕਰੀ ਹੈ, ਅੱਛਾ ਚੰਗੇ ਪੈਸੇ ਵਾਲੀ। ਅੱਛਾ ਉੱਥੇ ਇੱਕ ਕੋਠੀ ਦਾ ਸੌਦਾ ਕਰਾਉਣਾ। ਹਾਂ ਫਿਰ ਤਾਂ ਵਧੀਆ ਪੈਸੇ ਬਚ ਜਾਣਗੇ। ਅਤੇ ਹੋਰ ਤਾਂ ਕਰਕੇ ਭਾਜਦਾ ਮੈਂ ਸਵੇਰੇ। ਚੱਲ ਅੱਛਾ ਮੈਨੂੰ ਇੱਕ ਦੋ ਦਿਨ ਲੱਗ ਸਕਦੇ ਆ, ਤੂੰ ਕੰਮ ਸਾਂਭ ਲਈ ਪਿੱਛੋਂ। ਕੋਈ ਗੱਲ ਨਹੀਂ ਬਾਈ, ਸਾਂਭਲਾਂਗਾ ਮੈਂ ਆਪੇ। ਠੀਕ ਹੈ, ਕੋਈ ਟੈਨਸ਼ਨ ਨਹੀਂ। ਲੈ ਤੇਰੇ ਛੋਟੇ ਵੀਰ ਹੁੰਦੇ, ਤੈਨੂੰ ਕਾਹਦੀ ਟੈਨਸ਼ਨ? ਹਾਂ ਠੀਕ ਹੈ, ਚੱਲ ਠੀਕ ਹੈ, ਮੈਂ ਕਰਦਾ ਤਿਆਰੀ, ਸਵੇਰੇ ਸੁਨੇਹਾ ਨਿਕਲਣਾ। ਚੱਲ ਠੀਕ ਹੈ ਬਾਈ, ਚੰਗਾ। ਚੱਲ ਕੋਈ 2 ਰੁਪਏ ਕਮਾ ਕੇ ਲਿਆਵੇਗਾ, ਵਗ ਜਾ ਚੰਡੀਗੜ੍ਹ, ਖੇਤ ਤਾਂ ਮੈਂ ਸਾਂਭ ਹੀ ਰਿਹਾ। ਉਹ ਚਾਹ ਬਣੀ ਹੈ ਕਿ ਨਹੀਂ? ਉਹ ਤੂੰ ਤਾਂ ਮੇਰੇ ਨਾਲ ਵਿਆਹ ਕਰਾ ਕੇ ਨਾ ਟੌਹਰੀ ਬਣਾਤੀ ਮੇਰੀ। ਅੱਛਾ ਕੀ ਦੱਸਾਂ, ਕਿਸੇ ਦੀ ਆਕੜ ਭੰਨਣ ਲਈ ਨਾ ਟੌਹਰ ਨਹੀਂ, ਬਦਨਾਮੀ ਕਰਾਈ ਬਦਨਾਮੀ। ਆਓ ਦੇਖ, ਲੋਕ ਨਾ ਛੱਤਾਂ 'ਤੇ ਖੜ ਖੜ ਦੇਖਦੇ ਨੇ। ਸਤਿ ਸ਼੍ਰੀ ਅਕਾਲ ਜੀ। ਅੱਛਾ ਮੈਨੂੰ ਤਾਂ ਹੁਣ ਸਤਿ ਸ਼੍ਰੀ ਅਕਾਲ ਵੀ ਮਨਜ਼ੂਰ ਨਹੀਂ। ਕੀ ਹੋ ਗਿਆ? ਨਾ ਚੰਗੀ ਕੀਤੀ ਮੇਰੇ ਨਾਲ ਧੋਖਾ ਕੀਤਾ। ਯਾਰ ਹੁਣ ਵਿਆਹ ਤਾਂ ਕਰਾਉਣਾ ਹੀ ਸੀ ਮੈਂ। ਵਿਆਹ ਕਰਾਉਣਾ ਸੀ, ਵਿਆਹ ਕਰਾਉਣਾ ਸੀ ਨਾ, ਤੇ ਵਿਆਹ ਵਾਂਗੂ ਵਿਆਹ ਕਰਾਉਂਦਾ, ਕੱਢ ਕੇ ਨਾ ਲਿਆਉਂਦਾ। ਮੈਨੂੰ ਧੋਖਾ ਦਿੱਤਾ ਨਾ, ਤੇਰੇ ਨਾਲ ਵੀ ਕਦੇ ਐਂ ਧੋਖਾ ਹੋਊਗਾ। ਉਹ ਮੇਰੇ ਨਾਲ ਕਾਲਜ 'ਚ ਪੜ੍ਹਦੀ ਸੀ, ਫਿਰ ਮੈਨੂੰ ਵਧੀਆ ਲੱਗੀ ਤੇ ਮੈਂ ਵਿਆਹ ਕਰਾ ਲਿਆ ਉਹਦੇ ਨਾਲ। ਤੇ ਫਿਰ ਅਗਲੀ ਦੇ ਘਰੇ ਗੱਲ ਕਰਦਾ ਇੱਜ਼ਤ ਨਾਲ ਵਿਆਹ ਕੇ ਲਿਆਉਂਦਾ, ਫਿਰ ਕੱਢ ਕੇ ਲਿਆਉਣ ਦੀ ਕੀ ਲੋੜ ਸੀ? ਹੁਣ ਤਾਂ ਬਾਹਲੀ ਇੱਜ਼ਤ ਨਾਲ ਰਹਿ ਰਹੇ ਹੋ, ਪਿੰਡ 'ਚ ਕੋਈ ਮੂੰਹ ਨਹੀਂ ਲਾਉਂਦਾ ਤੁਹਾਨੂੰ। ਉਹ ਚੱਲ ਠੀਕ ਹੈ, ਹਾਂ ਗੁੱਸਾ ਨਾ ਕਰ। ਬਸ ਅੱਜ ਤੋਂ ਬਾਅਦ ਤੇਰਾ ਮੇਰਾ ਕੋਈ ਰਿਸ਼ਤਾ ਨਹੀਂ, ਤੇ ਮੈਨੂੰ ਨਾ ਬੁਲਾਈ। ਕਿਉਂ? ਅੱਛਾ ਕੀ ਗੱਲ? ਉਹ ਪਿਆਰ ਤਾਂ ਮੈਂ ਤੈਨੂੰ ਵੀ ਕਰਦਾ। ਮੈਂ ਪਿਆਰ 'ਚ ਵੰਡੀਆਂ ਨਹੀਂ ਪਾਉਣਾ ਚਾਹੁੰਦੀ ਸੀ। ਉਹ ਮੇਰੇ ਖੇੜੇ ਪੈ ਗਈ, ਹੁਣ ਦੱਸ ਮੈਂ ਕੀ ਕਰਦਾ ਉੱਥੇ? ਨਾ ਜਿਹੜੀ 5 ਸਾਲਾਂ ਦੀ ਤੇਰੇ ਖੇੜੇ ਪਈ ਸੀ ਉਹ ਤਾਂ ਗੱਲਬਾਤ ਹੀ ਕੁਛ ਨਹੀਂ, ਤੇ ਜਿਹੜੀ ਤੇਰੇ ਨਾਲ ਪੜ੍ਹਦੀ ਸੀ ਉਹ ਤੇਰੇ ਖੇੜੇ ਪੈ ਗਈ, ਨਾਲੇ ਉਹਨੂੰ ਤਾਂ ਸਾਲ ਹੀ ਹੋਇਆ ਸੀ ਦਾਖਲਾ ਲਈ ਨੂੰ ਤੇਰੇ ਕਾਲਜ 'ਚ। ਚੱਲ ਮੈਂ ਕਿਹੜਾ ਤੇਰੇ ਨਾਲ ਬ੍ਰੇਕਅਪ ਕੀਤਾ, ਆਪਣੀ ਵੀ ਚੱਲੀ ਜਾਏਗੀ, ਉਹ ਵੀ ਹੈਗੀ ਆ ਘਰ। ਮੈਂ ਐਡੀ ਗਿਰੀ ਹੋਈ ਨਹੀਂ, ਬ੍ਰੇਕਅਪ ਤੂੰ ਨਹੀਂ ਕੀਤਾ ਮੈਂ ਕੀਤਾ, ਅਤੇ ਅੱਜ ਤੋਂ ਬਾਅਦ ਨਾ ਤੂੰ ਮੇਰੇ ਰਾਹ 'ਚ ਆਵੀਂ, ਅਤੇ ਨਾ ਮੈਂ ਤੈਨੂੰ ਬੁਲਾਵਾਂ, ਨਾ ਮੈਨੂੰ ਤੂੰ ਬੁਲਾਵੀਂ। ਉਹ ਚੱਲ ਗੁੱਸਾ ਨਹੀਂ ਕਰੀਦਾ ਹਰਮਨ, ਗੱਲ ਤਾਂ ਸੁਣ ਮੇਰੀ। ਨਾ ਬਸ ਠੀਕ ਹੈ, ਗੱਲ ਤਾਂ ਸੁਣ ਲੈ ਮੇਰੀ। ਕੀ ਗੱਲ ਸੁਣਾ, ਗੱਲ ਰਹਿ ਗਈ ਕੋਈ ਸੁਣਨ ਨੂੰ? ਇਹ ਵੇਖ ਲਈ, ਬਸ ਤੇਰੇ ਨੇੜੇ ਤੇੜੇ ਵਿਆਹ ਕਰਾਵਾਂਗੀ, ਤੈਨੂੰ ਸੱਲ ਬਣ ਕੇ ਦਿਸਦੀ ਰਵਾਂਗੀ। ਉਹ ਮੇਰੇ ਪਿੰਡ 'ਚ ਨਾ ਕਿਤੇ ਕਰਾ ਲਈ ਤੂੰ, ਆਹ ਹੱਥ ਜੋੜੇ ਹੋਰ ਨਾ ਪਵਾੜਾ ਛੇੜਦੀ। ਕਿਉਂ, ਪਿੰਡ ਕਿਹੜਾ ਤੂੰ ਮੁੱਲ ਖਰੀਦਿਆ, ਤੇਰਾ ਇਕੱਲੇ ਦਾ ਪਿੰਡ? ਉਹ ਚੱਲ ਜੇ ਸਾਹਮਣੇ ਰਹੇਗੀ ਤਾਂ ਫਿਰ ਤੰਗ ਤਾਂ ਹੋਵੇਗਾ ਹੀ ਬੰਦਾ। ਤੰਗ ਤੂੰ ਹੋਵੇਗਾ, ਮੈਂ ਨਹੀਂ। ਅੱਜ ਤੋਂ ਬਾਅਦ ਤੇਰੀ ਮੇਰੀ ਸਤਿ ਸ਼੍ਰੀ ਅਕਾਲ। ਚੱਲ ਠੀਕ ਹੈ, ਬਾਏ। ਉਹ ਮੰਨ ਜਾ ਇੱਕ ਵਾਰ। ਚੱਲ ਠੀਕ ਹੈ। ਹਰਮਨ ਗੱਲ ਤਾਂ ਸੁਣ ਲੈ। ਕੀ ਹੈ?
ਮਿਲਦੀ ਨਹੀਂ ਅੱਜ ਕੱਲ੍ਹ, ਕਿੱਥੇ ਰਹਿੰਦੀ ਹੈ? ਸੱਚੀ ਨਾਰਾਜ਼ ਹੋ ਗਈ ਤੂੰ ਮੇਰੇ ਨਾਲ? ਮੈਂ ਤੈਨੂੰ ਇੱਕ ਵਾਰੀ ਕਹਿਤਾ ਨਾ ਵੀ ਮੈਂ ਤੇਰੇ ਨਾਲ ਕੋਈ ਗੱਲ ਨਹੀਂ ਕਰਨੀ। ਜੇ ਗੁੱਸਾ ਹੈ ਕੋਈ ਦੱਸ ਦੇ ਮੈਨੂੰ, ਮਨਾ ਲਾਂਗਾ ਤੈਨੂੰ ਮੈਂ। ਗੁੱਸਾ? ਹਜੇ ਮੈਨੂੰ ਗੁੱਸਾ ਪੁੱਛਦਾ, ਤੇਰੇ ਨਾਲ ਨਾ ਉਹੀ ਗੱਲ ਕਰਨੀ ਹੈ। ਤੇਰੇ ਪਿੰਡ ਵਿਆਹ ਕਰਵਾਵਾਂਗੇ ਵੇ ਤੇਰੀ ਹਿੱਕ ਤੇ ਪਿੱਪਲ, ਤੇਰੀ ਹਿੱਕ ਤੇ ਪਿੱਪਲ ਲਾਵਾਂਗੇ। ਉਹ ਹਰਮਨ ਗੱਲ ਸੁਣ ਲੈ, ਕੋਈ ਨਵਾਂ ਪਵਾੜਾ ਨਾ ਪਾ ਦੀ, ਇਹ ਤਾਂ ਹਟਦੀ ਨਹੀਂ, ਪਵਾ ਕੀ ਰਹੇਗੀ ਪਵਾੜਾ ਕੋਈ। ਕੀ ਹੋ ਗਿਆ ਬਾਈ, ਇਹ ਕੌਣ ਹੈ? ਓਏ ਭਾਬੀ ਹੈ ਤੇਰੀ, ਲਾ ਪੈ ਰਹੀ ਹੱਥ ਇਹਦੇ। ਸਤਿ ਸ਼੍ਰੀ ਅਕਾਲ ਭਾਬੀ। ਬਾਈ ਤੂੰ ਤਾਂ ਚੰਡੀਗੜ੍ਹ ਕਿਸੇ ਨੂੰ ਕੋਠੀ ਦਿਵਾਉਣ ਗਿਆ ਸੀ, ਇਹ ਕੀ ਕਰਤਾ? ਉਹ ਕੋਈ ਨਹੀਂ, ਤੈਨੂੰ ਸਾਰੀ ਗੱਲ ਸਮਝਾਊਂਗਾ। ਓਏ ਭਾਈ ਆ ਲੈ ਸੁੱਖ, ਆ ਚੱਕ ਬੈਗ, ਯਾਦ ਹੈ ਤੇਰੀ ਦੀਦੀ ਨੂੰ ਅੰਦਰ ਲੈ ਕੇ ਚੱਲ। ਲੈ ਜਾ ਹੁਣ, ਮੈਨੂੰ ਕੀ ਦੇਖਦੀ ਹੈ? ਉਹ ਬਾਈ ਆ ਵਿਆਹ ਜਾਂ ਕਰਾਉਣ ਤੋਂ ਪਹਿਲਾਂ ਮੈਨੂੰ ਪੁੱਛ ਤਾਂ ਲੈਂਦਾ, ਮੇਰੀ ਸਲਾਹ ਤਾਂ ਲੈ ਲੈਂਦਾ ਯਾਰ। ਤੇਰਾ ਛੋਟਾ ਭਰਾ ਕੋਈ ਚੰਗੀ ਸਲਾਹ ਹੀ ਦਿੰਦਾ ਤੈਨੂੰ ਮੈਂ। ਅੱਛਾ ਤੂੰ ਮੈਨੂੰ ਪੁੱਛਿਆ ਸੀਗਾ? ਉਹ ਚੱਲ ਮੇਰੇ ਤੋਂ ਤਾਂ ਗਲਤੀ ਹੋ ਗਈ, ਤੂੰ ਕਿਉਂ ਕੀਤੀ ਦੁਬਾਰਾ ਇਹ ਗਲਤੀ ਹੁਣ? ਹਾਂ ਤੂੰ ਤਾਂ ਮੇਰੇ ਤੋਂ ਛੋਟਾ ਸੀ, ਮੈਂ ਤਾਂ ਤੇਰੇ ਤੋਂ ਨਾਲੇ ਵੱਡਾ ਸੀ। ਚੱਲ ਠੀਕ ਹੈ ਬਾਈ, ਜਾਂ ਅੰਦਰ ਵਗ ਜਾ, ਮੇਰਾ ਮੂਡ ਖਰਾਬ ਹੈ। ਮੈਨੂੰ ਕੁਛ ਚਲਾਉਂਦਾ ਇਹਨੂੰ। ਲੈ ਹੁਣ ਤਾਂ ਪੂਰੀ ਖੁਸ਼ ਹੈ? ਖੁਸ਼ ਤਾਂ ਹੈਗੀ ਹੈ, ਇੱਧਰੋਂ ਤਾਂ ਖੁਸ਼ ਹਾਂ। ਹਾਂ ਪਰ ਨਾ ਪਿੱਛੋਂ ਡਰ ਲੱਗਦਾ। ਹੁਣ ਕਾਹਦਾ ਡਰ ਹੈ ਗਿਆ ਤੈਨੂੰ? ਡਰ ਲੱਗਦਾ ਵੀ ਬਾਪੂ ਕੀ ਸੋਚਦੇ ਹੋਣਗੇ। ਉਹ ਛੱਡ ਪਰਾਂ, ਐਂ ਤਾਂ ਸੋਚੀ ਜਾਂਦੇ ਹੁੰਦੇ ਨੇ। ਮੇਰੀ ਗੱਲ ਸੁਣੋ। ਹਾਂ ਇਹ ਹੁਣ ਤੁਹਾਡੇ ਨਾਲ ਕਲੇਸ਼ ਨਹੀਂ ਕਰਨਗੇ? ਇਹ ਤਾਂ ਕਿਹੜੇ ਹਿਸਾਬ ਨਾਲ ਬੋਲਦਾ ਸੀ? ਉਹ ਕਲੇਸ਼ ਕਰੀ ਜਾਣਦੇ, ਇਹਨਾਂ ਨੂੰ ਕੀ ਪਤਾ, ਨਾਲੇ ਆਪਣੇ ਕੋਲ ਅੱਠੇ ਦੇ ਅੱਠੇ ਵੀ ਮੇਰੇ ਨਾਂ ਨੇ, ਇਹ ਤਾਂ ਕੀ ਬੋਲਣਗੇ। ਅੱਛਾ ਹਾਂ ਤੂੰ ਫਿਕਰ ਨਾ ਕਰ ਕਿਸੇ ਗੱਲ ਦਾ, ਨਾਲੇ ਮੈਂ ਕਹਿੰਦਾ ਸੀ ਘੁੰਡੇ ਜਿਹਾ ਕੱਢ ਲਾਂਦੀ। ਕਿਉਂ ਹੁਣ ਘੁੰਡੇ ਤੋਂ ਕੀ ਕਰਾਉਣਾ? ਮੈਂ ਵੀ ਚਾਰਜ ਪੂਰੇ ਕਰ ਲਾਂਦਾ। ਤੁਸੀਂ ਵੀ ਨਾ ਠੀਕ ਆ ਨਾ, ਸਾਰਾ ਪਿੰਡ ਤਾਂ ਮੈਨੂੰ ਨੰਗੇ ਮੂੰਹ ਲੈ ਕੇ ਆਏ ਹੋ, ਹੁਣ ਇੱਥੇ ਆ ਕੇ ਮੈਂ ਘੁੰਡ ਕੱਢ ਲਾਂ? ਘੁੰਡ ਕੱਢਣ ਨਾਲ ਕਿਹੜਾ ਕੋਈ ਹੈਗਾ ਇੱਥੇ? ਉਹ ਚੱਲ ਅੱਛਾ, ਪਹਿਲਾਂ ਦੇਖਿਆ ਨੀ ਮੈਨੂੰ ਕਦੇ? ਨਹੀਂ ਦੇਖਿਆ ਤਾਂ ਹੈਗਾ ਸੀ, ਜੇ ਤਾਂ ਨਾ ਦੇਖਿਆ ਹੁੰਦਾ ਨਾ ਫਿਰ ਮੈਂ ਘੁੰਡ ਕੱਢ ਕੇ ਬਹਿੰਦੀ, ਫਿਰ ਤੁਸੀਂ ਘੁੰਡ ਚੁੱਕਦੇ। ਅੱਛਾ ਐਂ ਹੁੰਦਾ ਇਹ? ਜੇ ਜੰਨ ਚੜੇ ਨਹੀਂ ਚੜਦੇ ਤਾਂ ਵੇਖੇ ਹੋਣੇ। ਹਾਂ ਇਹ ਤਾਂ ਗੱਲ ਠੀਕ। ਦੱਸ ਤੁਸੀਂ ਵੀ ਬਸ ਠੀਕ ਆ? ਤੈਨੂੰ ਭੁੱਖ ਤਾਂ ਨਹੀਂ ਲੱਗੀ? ਭੁੱਖ ਤਾਂ ਲੱਗੀ, ਹੁਣ ਰੋਟੀ ਆਪਾਂ ਨੂੰ ਕੌਣ ਦਊਗਾ? ਮੈਨੂੰ ਦੱਸ ਦਿਓ ਕਿੱਥੇ ਪਿਆ ਕੁਛ ਖਾਣ ਵਾਲਾ, ਮੈਂ ਆਪੇ ਲਿਆਉਂਗੀ। ਨਹੀਂ ਨਹੀਂ ਤੂੰ ਫਿਕਰ ਕਿਉਂ ਕਰਦੀ ਹੈ, ਮੈਂ ਬਾਜ਼ਾਰੋਂ ਲੈ ਕੇ ਆਉਣਾ ਸਾਰਾ ਕੁਛ। ਲੈ ਹੁਣ ਸੌ ਤੈਨੂੰ ਹੁਣ ਰੋਟੀਆਂ ਪਕਾਉਣ ਲਾ ਦਾ ਮੈਂ। ਚੱਲ ਕੋਈ ਨਾ, ਰੋਟੀਆਂ ਤਾਂ ਬਣਾਉਣੀਆਂ ਨੇ। ਉਹ ਕੋਈ ਨਹੀਂ ਕੋਈ ਨਹੀਂ, ਤੁਸੀਂ ਕਿਹੜਾ ਸਿਰੇ ਬਣ ਇੱਥੇ ਰੋਟੀਆਂ ਬਣਾਏਗੀ? ਹੋਰ ਦੱਸ ਤੁਸੀਂ ਕਿਹੜਾ ਸਿਰੇ ਬਣ ਕੇ ਗਏ ਸੀ ਜਿਹੜਾ ਮੈਂ ਹੁਣ ਇੱਥੇ ਸੰਗ ਸੰਗ ਕੇ ਬੈਠੂੰਗੀ? ਆਹੋ ਚੱਲ ਤੂੰ ਕਰ ਰਹਾ, ਮੈਂ ਲਿਆਉਣਾ ਕੁਛ ਯਾਰ। ਚੰਗਾ ਠੀਕ, ਤੂੰ ਬਾਹਲਾ ਫਿਕਰ ਫੁਕਰ ਨਾ ਕਰ ਹੁਣ। ਸ਼ਾਹੀ ਪਨੀਰ ਲਿਆਇਓ। ਅੱਛਾ ਸ਼ਾਹੀ ਪਨੀਰ, ਚੱਲ ਠੀਕ ਹੈ ਸ਼ਾਹੀ ਪਨੀਰ ਖਵਾ ਦਾਂਗੇ। ਹੋਰ ਦੱਸ? ਬਸ ਬਸ ਵਾਧੂ ਆ ਵਾਧੂ। ਹੋਰ ਚੱਲ ਠੀਕ ਹੈ, ਚਿਕਨ ਵੀ ਖਾ ਲੈਂਦੀ ਹਾਂ ਮੈਂ ਨਾਲ, ਤੁਹਾਨੂੰ ਪਤਾ ਹੀ ਹੈ। ਅੱਛਾ ਉਹ ਪਹਿਲੇ ਦਿਨ ਨਾ ਖਾ ਚਿਕਨ।
ਇੱਦਾਂ ਤੂੰ ਸ਼ਾਹੀ ਪਨੀਰ ਖਾ, ਕੋਈ ਨਹੀਂ ਖਵਾ ਦਾਂਗੇ ਤੈਨੂੰ ਚਿਕਨ। ਹੁਣ ਆਇਆ ਸਾਹ, ਲੈ ਹੁਣ ਗੋਪੀ ਤੂੰ ਵੀ ਦੇਖੀ ਤੇਰੇ ਨਾਲ ਬਣਦਾ ਕੀ ਹੈ। ਜੇ ਤੈਨੂੰ ਨਾ ਉਂਗਲਾਂ 'ਤੇ ਨਚਾਇਆ ਨਾ ਤਾਂ ਮੇਰਾ ਨਾਮ ਵੀ ਹਰਮਨ ਨਹੀਂ। ਤੂੰ ਵੀ ਕੀਤਾ ਸੀ ਕਿ ਮੇਰੇ ਨਾਲ ਧੋਖਾ, ਧੋਖਾ ਤਾਂ ਤੂੰ ਹੁਣ ਵੇਖੀ ਕਿ ਧੋਖੇ ਦਾ ਬਦਲਾ ਕਿਵੇਂ ਹੁੰਦਾ। ਤੂੰ ਤਾਂ ਨਾ ਅੱਗੇ ਅੱਗੇ ਭੱਜਦਾ ਫਿਰੇਗਾ। ਦੇਖ ਲਓ ਕਿੰਨਾ ਕਹਿੰਦੀ ਸੀ ਮੈਂ, ਕਰਤਾ ਨਾ ਉਹਨੇ ਉਹੀ ਕੰਮ। ਉਹਨੇ ਕਿਹੜਾ ਦੁਨੀਆ ਤੋਂ ਵੱਖਰਾ ਕੰਮ ਕੀਤਾ ਕੋਈ, ਜਿਹੜਾ ਆਪਾਂ ਦੋਵਾਂ ਨੇ ਕੀਤਾ ਉਹੀ ਉਹਨੇ ਕੀਤਾ। ਨਾ ਜ਼ਰੂਰੀ ਸੀ ਜਿਹੜਾ ਕੰਮ ਆਪਾਂ ਕੀਤਾ ਉਹੀ ਉਹਨੇ ਕਰਨਾ। ਯਾਰ ਖਰਬੂਜੇ ਨੂੰ ਵੇਖ ਕੇ ਖਰਬੂਜਾ ਰੰਗ ਫੜਦਾ ਹੀ ਹੈ। ਚੰਗਾ ਚੰਗਾ, ਜ਼ਿਆਦੀਆਂ ਗੱਲਾਂ ਜੀਆਂ ਨਾ ਬਣਾਓ, ਨਾਲੇ ਮੈਂ ਗਵਾਂਢੀਆਂ 'ਤੇ ਚੱਲੀ ਕੰਮ ਮੈਨੂੰ ਉੱਧਰ। ਚੱਲ ਜਾ ਆ ਛੇਤੀ ਆ ਜੀ, ਪਰ ਮੈਂ ਵੀ ਜਾਣਾ ਕੰਮ ਕੋਈ। ਚੰਗਾ ਚੰਗਾ। ਉਹਦੇ ਪਿੱਛੇ ਹੱਥ ਧੋ ਕੇ ਪੈ ਗਈ ਹੈ, ਕਿਹੜਾ ਕੁਝ ਕਰਨਾ ਸੀ ਉਹਨੇ ਤਾਂ ਕਰਤਾ। ਹੁਣ ਚੱਲ ਠੀਕ ਹੈ, ਹੁਣ ਮੈਂ ਜਾ ਆਵਾਂ ਖੇਤ, ਮਾਰਿਆ ਗੇੜਾ। ਠੀਕ ਹੈ ਓਕੇ। ਨਾ ਇੱਥੇ ਬੈਠੋ, ਮੇਰੀ ਗੱਲ ਸੁਣ, ਤੁਹਾਡਾ ਖੇਤ ਜਾਣਾ ਬਹੁਤ ਜ਼ਰੂਰੀ ਹੈ। ਕਿਆ ਜਾਣਾ ਨਹੀਂ ਖੇਤ? ਨਾ ਉਹ ਹੈਗਾ ਤਾਂ ਗੋਪੀ, ਉਹ ਨਹੀਂ ਜਾਂਦਾ। ਉਹ ਵੀ ਜਾਊਗਾ, ਮੇਰਾ ਵੀ ਜਾਣਾ ਜ਼ਰੂਰੀ ਹੈ, ਦੇਖਣਾ ਪਊਗਾ ਨਾ। ਹੁਣ ਤਾਂ ਰੋਟੀ ਰੋਟੀ ਐਂ ਕਰੂੰ, ਹੁਣ ਤਾਂ ਮੈਂ ਦੁਪਹਿਰੇ ਘਰੇ ਖਾਣ ਆ ਜਾਇਆ ਕਰੂੰਗਾ, ਅੱਗੇ ਤਾਂ ਮੈਂ ਘਰੇ ਵੜਦਾ ਨਹੀਂ ਸੀਗਾ। ਅੱਛਾ ਹੋਰ, ਕਿਉਂ ਭਾਬੀ ਖਵਾਉਂਦੀ ਨਹੀਂ ਸੀ ਪਰੌਂਠੇ? ਉਹ ਤੈਨੂੰ ਪਤਾ ਮੇਰਾ ਕੰਮ ਹੋਰ ਸੀਗਾ ਪਹਿਲਾਂ। ਅੱਛਾ ਚਲੋ ਠੀਕ ਹੈ, ਤਾਂ ਤੱਤੀਆਂ ਤੱਤੀਆਂ ਖਾ ਲਿਆ ਕਰੂੰਗੀ। ਚੱਲ ਠੀਕ ਹੈ। ਕਾਹਦਾ ਵਿਆਹ ਕਰਾਇਆ ਕੰਜਰ ਦੇ ਨੇ, ਅੰਦਰੋਂ ਤਾਂ ਬਾਹਰ ਹੀ ਨਹੀਂ ਨਿਕਲਦਾ, ਜਨਾਨੀ ਦੇ ਗੋਡੇ ਨਾਲ ਹੀ ਲੱਗ ਕੇ ਬੈਠਾ। ਕੀ ਕਵੇ ਇਹਨੂੰ ਬੰਦਾ। ਉਹ ਕਰਮਿਆ, ਹਾਂ ਉਹ ਮੇਰੇ ਕੋਲ ਵੀ ਬਹਿ ਜਾ ਕਰ। ਕਿਉਂ, ਕੀ ਹੋ ਗਿਆ? ਹੁਣ ਹੁਣ ਤੇਰਾ ਵਿਆਹ ਹੋ ਗਿਆ, ਹਾਂ ਜਿਹੜਾ ਚੰਨ ਚਾੜਨਾ ਸੀ ਤੂੰ ਚਾੜਤਾ। ਅੱਛਾ, ਹੁਣ ਕੰਮ ਕਾਰ ਕਰ ਲੈ ਕੋਈ, ਉਹ ਜਿਹੜੀਆਂ ਬਿਲਡਿੰਗਾਂ ਬੁਲਡਿੰਗਾਂ ਵੇ ਵਿਕਾਉਂਦਾ ਸੀ ਕਿਸੇ ਦੀਆਂ, ਉਹ ਕਰ ਲੈ ਆਪਣਾ ਕੰਮ ਸ਼ੁਰੂ। ਹੋਣਾ ਓਏ, ਬਿਲਡਿੰਗਾਂ ਬੁਲਡਿੰਗਾਂ ਵਗਾਤੀਆਂ, ਜਿਹੜੀ ਖਰੀਦਣੀ ਸੀ ਬਿਲਡਿੰਗ ਮੈਂ ਲਿਆ ਆ। ਹੁਣ ਤਾਂ ਮੈਂ ਖੇਤ ਦਾ ਕੰਮ ਕਰੂੰਗਾ। ਅਤੇ ਉਹ ਕੰਮ ਫਿਰ? ਓਏ ਉਹ ਕਿਹੜਾ ਕੰਮ ਸੀਗਾ, ਉਹ ਤਾਂ ਮੈਂ ਉਈ ਤੁਹਾਨੂੰ ਝੂਠ ਬੋਲਦਾ ਹੁੰਦਾ ਸੀ, ਮਹਾਂ ਚੱਲ ਐਂ ਨਾ ਕਹਿਣ ਵੀ ਕੰਮ ਨਹੀਂ ਕਰਦਾ ਕੋਈ। ਆ ਜੀ ਨਾਲੇ ਖੇਤ ਤੂੰ ਵੀ। ਚੱਲ ਠੀਕ ਹੈ ਬਾਈ। ਹਾਂ ਮੈਂ ਕਰਦਾ ਗੱਲ ਭਾਬੀ ਨਾਲ ਜਾ ਕੇ। ਕਿਉਂ? ਤੂੰ ਮੇਰੇ ਬਾਈ ਨਾਲ ਨਾ ਵਿਆਹ ਕਰਾ ਕੇ ਚੰਗਾ ਨਹੀਂ ਕੀਤਾ। ਅੱਛਾ ਕਿਉਂ? ਉਹ ਭਲਾ ਮਾਨਸ ਬੰਦਾ ਸੀ, ਕਿਉਂ ਠੱਗਿਆ ਤੂੰ ਉਹਨੂੰ? ਕਿਉਂ, ਕੀ ਠੱਗ ਲਿਆ ਮੈਂ? ਕੀ ਠੱਗ ਲਿਆ ਮੈਂ ਕਿ ਜ਼ਮੀਨ ਨਾਲ ਵਾਲੀ? ਇਹ ਤਾਂ ਨਾ ਤੇਰੀ ਹਿੱਕ ਤੇ ਦੀਵਾ ਬਾਲੇ ਦੀਵਾ। ਹਰਮਨ ਤੈਨੂੰ ਪਤਾ ਹੈ ਆਪਣੀ ਦੋਵਾਂ ਦੀ ਬਣਦੀ ਸੀ, ਜਿੱਥੇ ਕਿਸੇ ਨੂੰ ਵੀ ਪਤਾ ਲੱਗ ਗਿਆ। ਹਜੇ ਤਾਂ ਤੂੰ ਅੱਗੇ ਅੱਗੇ ਵੇਖ ਬਣਦਾ ਕੀ ਹੈ। ਤੂੰ ਕੀ ਸਮਝਿਆ ਸੀ ਕਿ ਇੰਨਾ ਮੈਨੂੰ ਧੋਖਾ ਦੇਗਾ? ਤੂੰ ਧੋਖਾ ਦੇ ਕੇ ਆਪ ਮੌਜਾਂ ਕਰੇ ਅਤੇ ਮੈਂ
ਮੈਂ ਰੁਲਦੀ ਫਿਰਾਂ। ਮੈਨੂੰ ਪਤਾ ਸੀ ਕਿ ਤੇਰਾ ਭਰਾ ਏ, ਇਹ ਤਾਂ ਤੇਰੀ ਹਿੱਕ 'ਤੇ ਪਿੱਪਲ ਲਾ ਕੇ ਦੀਵਾ ਬਾਲਿਆ। ਗੱਲ ਸੁਣ ਲੈ ਮੇਰੀ, ਜੇ ਸੁੱਖ ਨੂੰ ਇਸ ਬਾਰੇ ਦੱਸਿਆ ਨਾ ਕੁਝ ਵੀ ਤੇ ਹਿਸਾਬ ਲਾ ਲਈ ਆਪਣਾ ਤੂੰ। ਫਿਰ ਕੀ ਕਰੇਗਾ? ਕਰਨ ਨੂੰ ਤਾਂ ਬਹੁਤ ਕੁਝ ਕਰ ਸਕਦਾ। ਗਲਤੀ ਮੇਰੀ ਨਹੀਂ, ਗਲਤੀ ਤੇਰੀ ਏ। ਚੱਲ ਜੇ ਪਹਿਲਾਂ ਗਲਤੀਆਂ ਹੋ ਗਈਆਂ ਮੇਰੇ ਤੋਂ, ਫਿਰ ਹੁਣ ਦੁਬਾਰੇ ਤੂੰ ਮੇਰੇ ਸਾਹਮਣੇ ਕਿਉਂ ਆ ਰਹੀ ਹੈ ਵਾਰ ਵਾਰ? ਹੁਣ ਤਾਂ ਮੈਂ ਵੀ ਇਸ ਘਰ 'ਚ ਰਹਿਣਾ ਅਤੇ ਤੂੰ ਵੀ ਇਸ ਘਰ 'ਚ ਰਹਿਣਾ, ਅਤੇ ਜਿੰਨਾ ਨਰਮਾਈ ਨਾਲ ਰਹੇਗਾ ਤਾਂ ਵਧੀਆ, ਨਹੀਂ ਤਾਂ ਫਿਰ ਤੈਨੂੰ ਪਤਾ ਹੀ ਹੈ। ਚੱਲ ਕੋਈ ਨਾ, ਕਰਦਾ ਤੇਰੇ ਨਾਲ ਗੱਲ ਫਿਰ। ਨਾਲੇ ਨਾ ਇਹ ਯਾਦ ਰੱਖੀ ਕਿ ਮੈਂ ਹੁਣ ਉਹ ਹਰਮਨ ਨਹੀਂ, ਹੁਣ ਮੈਂ ਤੇਰੀ ਭਾਬੀ ਹਾਂ ਵੱਡੀ, ਸਮਝ ਗਿਆ? ਠੀਕ ਹੈ ਭਾਬੀ ਜੀ, ਠੀਕ ਹੈ। ਹੁਣ ਆਇਆ ਨਾ ਊਟ ਪਹਾੜ ਦੇ ਥੱਲੇ, ਤੂੰ ਕੀ ਸਮਝਿਆ ਸੀ ਆਪਣੇ ਆਪ ਨੂੰ? ਇੱਜ਼ਤ ਦੀਆਂ ਰੋਟੀਆਂ ਹਾਜ਼ਮੇ ਨਹੀਂ ਆਈਆਂ। ਤਾਰਾਂ ਕਰਕੇ ਬਚਾ ਰਹਿ ਗਿਆ, ਨਹੀਂ ਤਾਂ ਡੰਗਰ ਨਾਸ ਮਾਰ ਦਿੰਦੇ ਜੀਰੀ ਦਾ। ਕੱਚਾ ਦਾਣਾ ਅਜੇ ਲਾਉਣੇ, ਅਜੇ ਮਸ਼ੀਨ ਅਜੇ ਨਹੀਂ ਲਾਉਂਦੇ। ਹਯਾ ਬਈ ਕਰਮਿਆ, ਉਹ ਕਿਵੇਂ ਚਾਚਾ? ਠੀਕ ਹੈ ਠੀਕ ਹੈ। ਕੀ ਦੇਖੀ ਜਾਂਦਾ ਸੀ? ਜੀਰੀ ਦੇਖਦਾ, ਮੈਂ ਕਦੋਂ ਲਵਾਈਏ ਮਸ਼ੀਨ। ਅੱਛਾ ਬਹੂ ਲਿਆਇਆ ਓਏ? ਹੋਰ ਚਾਚਾ, ਉਹ ਕੰਜਰ ਦਿਓ, ਪਹਿਲਾਂ ਤੁਹਾਡੇ ਵਾਲਾ ਛੋਟਾ ਹੀ ਹੱਕ ਲਿਆਇਆ, ਹੁਣ ਤੂੰ ਹੱਕ ਲਿਆਇਆ, ਸਾਡੀ ਬੀੜੀ ਕੌਣ ਲਾਹੂਏ? ਉਹ ਲਾ ਦਾਂਗੇ ਚਾਚਾ, ਤੂੰ ਵੀ ਮੈਂ ਉਹੀ ਫਿਕਰ ਕਰੀਏ ਨਾ, ਕੋਈ ਨਹੀਂ ਬੈਠਦੇ ਆਪਾਂ ਇਕੱਠੇ। ਉਹ ਬਥੇਰੀ ਵਿਆਹਾਂ 'ਚ ਦਾਰੂ ਪਈ ਹੈ ਤੁਹਾਨੂੰ, ਬਥੇਰੀ ਮਠਿਆਈ ਖਵਾਈ ਹੈ, ਰੋਟੀਆਂ, ਉਹ ਕੰਜਰ ਦਿਓ, ਸਾਡੀ ਬੀੜੀ ਸਿਰੇ ਲਈ ਫਿਰੀ ਜਾਓਗੇ ਤੁਸੀਂ? ਉਹ ਨਹੀਂ ਚਾਚਾ, ਤੈਨੂੰ ਤਾਂ ਦੇ ਹੀ ਦੇਵਾਂਗੇ ਪਾਰਟੀ, ਕਿਉਂ ਫਿਕਰ ਕਰਦਾ ਹੈ? ਤੂੰ ਬਹੂ ਕਹੀ ਜੀ ਹੈ? ਬਹੂ ਤਾਂ ਦੂਰੋਂ ਲਸ਼ਕਰੇ ਮਾਰਦੀ ਹੈ। ਅੱਛਾ ਹਾਂ, ਉਹ ਪੂਰੀ ਬੰਬ ਹੈ। ਬੰਬ? ਗੋਪੀ ਕਿੱਥੇ? ਗੋਪੀ ਹਜੇ ਘਰੇ ਹੀ ਬੈਠਾ ਮੈਨੂੰ ਲੱਗਦਾ, ਮੈਨੂੰ ਕੰਮ ਤੇ ਮਾੜਾ ਜਿਹਾ ਉਹਦੇ। ਅੱਛਾ ਮਿਲੇ ਆਵਾਂ ਜਾ ਕੇ। ਚੱਲ ਠੀਕ ਹੈ ਚਾਚਾ, ਮੈਂ ਵੀ ਲੇਟ ਹੋ ਗਿਆ ਪਹਿਲੀ। ਠੀਕ ਹੈ ਠੀਕ ਹੈ। ਕੰਜਰ ਦਾ ਬੁੱਜੜ ਜਾ, ਬੰਬ ਵਰਗੀ ਤੀਵੀਂ ਲਿਆਇਆ ਉਹ, ਪਹਿਲਾਂ ਉਹ ਵੀ ਤਾਂ ਬੰਬੇ ਲਿਆਇਆ। ਮੇਰੇ ਸਾਲ ਨੇ ਬਾਰੀ ਬੰਨ ਰੱਖੀ ਵਾਲੇ, ਦੇਖ ਜਿੱਥੋਂ ਦੇਖਦੇ ਨੇ ਹੱਕ ਲਿਆਉਂਦੇ ਨੇ, ਪਤਾ ਨਹੀਂ ਕਿਹੜੀ ਖਾਣ ਹਥਿਆਰੀ ਹੈ ਇਹਨਾਂ ਨੂੰ। ਇੱਥੇ ਸਾਡੇ ਵਾਰੀ ਭੈਣ ਦੇ ਯਾਰ ਦੀਆਂ ਇਹ ਮੁੱਕੀਆਂ ਗਈਆਂ, ਇਸੇ 'ਤੇ ਦੇਖਦੇ ਹਾਂ ਪਾ ਕੇ ਕੁੰਡੀ। ਗੋਪੀ ਪਤਾ ਨਹੀਂ ਕਿੱਧਰ ਨੂੰ ਗਿਆ, ਨਾ ਹੀ ਸੁੱਖ ਦਿਸਦੀ ਹੈ ਕਿਤੇ। ਕੰਮ ਕਰਨ ਵਾਲੇ ਪਏ ਨੇ ਹਜੇ ਸਾਰੇ। ਉਹ ਕਰਮੇ, ਉਹ ਤਾਂ ਜੀ ਘਰੇ ਨਹੀਂ ਹੈਗੇ। ਮੈਨੂੰ ਕੰਮ ਤੇ ਥੋੜਾ ਜਿਹਾ ਕਰਮੇ ਥਈ। ਉਹ ਤਾਂ ਖੇਤ ਗਏ ਹੋਏ ਨੇ। ਤੂੰ ਕਰਮੇ ਦੀ ਵਹੁਟੀ ਹੈ? ਹਾਂਜੀ। ਅੱਛਾ, ਓਏ ਕਰਮੇ ਨੇ ਤਾਂ ਨਾ ਵਿਆਹ ਖਵਾਇਆ, ਨਾ ਦਾਰੂ ਪਿਆਈ, ਨਾ ਲੈਣਾ ਨਾ ਦੇਣਾ, ਹੈ ਅਸੀਂ ਵਿਆਹ ਕਰਾਈ ਜਾਂਦੇ ਨੇ, ਪਤਾ ਨਹੀਂ ਕੀ ਹੱਲ ਪਈ ਹੈ ਇਹਨਾਂ ਨੂੰ। ਲੈ ਚੱਲ, ਉਹਨੇ ਤਾਂ ਕੁਛ ਕਰਿਆ ਜੋ ਨਾ ਕਰਿਆ, ਮੈਂ ਤਾਂ ਸ਼ਗਨ ਦੇ ਕੇ ਜਾਵਾਂ। ਨਾ ਜੀ, ਸ਼ਗਨ ਦੀ ਤਾਂ ਕੀ ਲੋੜ ਹੈ? ਉਹ ਲੈ ਸ਼ਗਨ ਹੁੰਦਾ ਹੀ ਹੈ ਸੁੱਖ ਨਾਲ, ਕੋਈ ਨਾ ਉਹ ਆ ਜਾਣਗੇ, ਫਿਰ ਆ ਜਾਓ। ਲੈ ਨਹੀਂ ਜੀ ਰਹਿਣ ਦੋ, ਫੜ ਲੈ ਫੜ ਲੈ।
ਚੰਗਾ ਕਹਿ ਦੀ ਉਹਨੂੰ ਹੈ ਠੀਕ ਬਈ ਆਇਆ ਤੀ ਠੀਕ ਹੈ ਮੈਨੂੰ ਇਹ ਬੜਾ ਲੁੱਚਾ ਜਿਹਾ ਲੱਗਦਾ ਪਤਾ ਨਹੀਂ ਕੌਣ ਸੀਗਾ ਇਹ ਸ਼ਗਨ 500 ਮੈਨੂੰ ਤਾਂ ਇਹਦੀ ਨਿਗਾ ਹੀ ਨਹੀਂ ਠੀਕ ਲੱਗੀ ਕੋਈ ਨਾ ਆ ਜਾਂਦਾ ਜੀ ਇਹਨਾਂ ਨੂੰ ਘਰੇ ਪੁੱਛਦੀਆਂ ਵੀ ਇਹ ਕੌਣ ਸੀਗਾ ਤੀਵੀਂ ਤਾਂ ਕੰਜਰ ਦਾ ਗੁਲਗੁਲੇ ਵਰਗੀ ਲਿਆਇਆ ਪੱਟ ਕੇ ਕਿਤੋਂ ਇਹਨੂੰ ਕਹਿਣਾ ਵੀ ਮੇਰਾ ਵੀ ਭਰ ਦੇ ਤੋਪਾ ਕਿਤੇ ਤੁਹਾਨੂੰ ਤਾਂ ਖਾਣ ਥਿਆਈ ਰਹੀ ਹੈ ਨਾ ਮੈਡਮ ਜੀ ਕੰਮ ਕਾਰ ਨਹੀਂ ਕਰਨਾ ਕੋਈ ਕਿਉਂ ਕੰਮ ਕਰਨ ਨੂੰ ਮੈਂ ਕਿਹੜਾ ਨੌਕਰਾਣੀ ਲੱਗੀ ਹੋਈ ਆ ਤੇ ਮੈਂ ਕੋਈ ਨੌਕਰਾਣੀ ਸੀਗੀ ਨਾ ਤੂੰ ਆਪ ਤਾਂ ਸਵੇਰ ਦੀ ਗਰਦੌਰੀ ਕਰਨ ਨਿਕਲੀ ਕਿੱਥੇ ਦਿਨ ਆ ਗਿਆ ਨਹੀਂ ਮੈਂ ਪਹਿਲਾਂ ਵਿਆਹ ਹੀ ਆਈ ਆ ਆਂਢ ਗੁਆਂਢ ਤਾਂ ਮੈਂ ਹੀ ਜਾਣਾ ਕਿ ਤੈਨੂੰ ਪਹਿਲਾਂ ਹੀ ਭੇਜਦਾ ਮੈਂ ਅੱਛਾ ਆਂਢ ਗੁਆਂਢ ਮੈਨੂੰ ਆਪੇ ਜਾਣਨ ਲੱਗ ਜੂਗਾ ਤੈਨੂੰ ਕੀ ਲੋੜ ਹੈ ਵੀ ਤੂੰ ਜਾਣ ਪਛਾਣ ਕਰਵਾਉਣੀ ਹੈ ਮੇਰੀ ਪਹਿਲਾਂ ਮੈਨੂੰ ਲੱਗਦਾ ਤੇਰੀ ਜਾਣ ਪਛਾਣ ਕਰਾ ਦਾਂ ਮੈਂ ਤਾਂ ਰਹਿਣ ਦਿੰਦੀ ਹਾਂ ਆਪੇ ਹੋ ਜਾਊਗੀ ਜਦੋਂ ਹੁਣ ਮੈਂ ਇੱਥੇ ਰਹਿਣਾ ਤਾਂ ਜਾਣ ਪਛਾਣ ਤਾਂ ਆਪੇ ਹੋ ਜਾਊਗੀ ਮਾੜੀਆਂ ਗੱਲਾਂ ਜੀ ਨਾ ਕਰ ਕੰਮ ਕਾਰ ਕਰ ਲਿਆ ਕਰ ਜਿੱਥੇ ਛੱਡ ਕੇ ਗਈ ਉੱਥੇ ਪਿਆ ਸਾਰਾ ਕੰਮ ਤੇ ਫਿਰ ਮੈਂ ਕੀ ਕਰਾਂ ਜਿੰਨਾ ਤੇਰਾ ਘਰ ਦੇ ਵਿੱਚ ਹਿੱਸਾ ਨਾ ਓਨਾ ਹੀ ਮੇਰਾ ਹਿੱਸੇ ਦੀ ਤਾਂ ਗੱਲ ਠੀਕ ਆ ਪਰ ਤੇਰੇ ਤੋਂ ਪਹਿਲਾਂ ਮੈਂ ਆਈ ਹਾਂ ਮੇਰਾ ਹਿੱਸਾ ਜ਼ਿਆਦਾ ਅੱਛਾ ਜਿਹੜਾ ਪਹਿਲਾਂ ਆ ਗਿਆ ਜਿਹੜਾ ਪਹਿਲਾਂ ਵਿਆਹਿਆ ਉਹਦਾ ਹਿੱਸਾ ਵੱਧ ਹੋ ਗਿਆ ਬਾਅਦ ਵਾਲੇ ਦਾ ਘੱਟ ਹੋ ਗਿਆ ਇਹ ਕਿੱਧਰ ਦੀ ਕਾਨੂੰਨ ਵਾਲੀ ਬਸ ਇਹ ਤਾਂ ਸਾਡੇ ਘਰ ਦੀ ਰੀਤ ਆ ਉਹ ਤਾਂ ਮੰਨਣੀ ਪੈਣੀ ਆ ਅੱਛਾ ਜੀ ਹਾਂ ਚਲ ਦੇਖਾਂਗੇ ਜਿੱਦਣ ਤੈਨੂੰ ਹਿੱਸਾ ਜ਼ਿਆਦਾ ਮਿਲੂਗਾ ਚੱਲ ਕੋਈ ਨਾ ਤੂੰ ਵੀ ਇੱਥੇ ਮੈਂ ਵੀ ਇੱਥੇ ਹਾਂ ਦੇਖਦੀ ਕਿੱਦਾਂ ਨਹੀਂ ਕੰਮ ਕਰਦੇ ਐ ਨਾ ਹੋਵੇ ਕਿਤੇ ਆਪਦਾ ਵੀ ਹਿੱਸਾ ਗਵਾ ਲੈ ਚੁੱਪ ਕਰ ਜਾ ਹਾਂ ਜਾਣਦੀ ਆ ਮੈਂ ਤੂੰ ਕਿੱਡੀ ਕੁ ਕਰਤੂਤ ਦੀ ਮਾਲਕ ਹੈ ਸੱਜ ਬੋਲੇ ਕਹਿੰਦੇ ਛਾਨਣੀ ਵੀ ਬੋਲੇ ਵਾਹ ਜੀ ਵਾਹ ਤੂੰ ਮੇਰੇ ਅੱਗੇ ਕਰਦੀ ਆ ਆਕੜਾਂ ਤੇ ਮੇਰੇ ਅੱਗੇ ਗੱਲਾਂ ਕਰਦੀ ਆ ਕਦੇ ਵੀ ਨਹੀਂ ਸਤਿ ਸ੍ਰੀ ਅਕਾਲ ਚਾਚਾ ਜੀ ਸਤਿ ਸ੍ਰੀ ਅਕਾਲ ਬਈ ਸਤਿ ਸ੍ਰੀ ਅਕਾਲ ਗੋਪੀ ਕੀ ਹਾਲ ਨੇ ਵਧੀਆ ਜੀ ਤੁਸੀਂ ਸੁਣਾਓ ਠੀਕ ਹੈ ਜਿਹੜਾ ਟਾਈਮ ਲੱਗਦਾ ਪਰਮਾਤਮਾ ਦੇ ਆਸਰੇ ਵੱਡੇ ਭਾਈ ਨੇ ਕਿਰਾਏ ਲਿਆ ਵਿਆਹ ਫਿਰ ਹੈ ਹੋਰ ਚਾਚਾ ਜੀ ਉਹਨੇ ਤਾਂ ਮੈਨੂੰ ਵੀ ਨਹੀਂ ਦੱਸਿਆ ਦੱਸਣਾ ਦਸਾਉਣਾ ਕਿਹਨੂੰ ਤੇ ਸਾਨੂੰ ਤਾਂ ਆਪਾਂ ਹੀ ਪਤਾ ਲੱਗਿਆ ਵੀ ਵਿਆਹ ਕੇ ਲਿਆਇਆ ਚਲੋ ਵੱਡਾ ਭਾਈ ਹੈ ਉਹਦੀ ਮਰਜ਼ੀ ਚੱਲ ਘਰ ਵਸਦਾ ਹੋ ਗਿਆ ਹਾਂ ਚਾਚਾ ਜੀ ਕਿੱਡੀ ਉਮਰ ਹੋ ਗਈ ਤੀ ਚੱਲ ਹੁਣ ਵੀ ਕੀ ਲੋੜ ਪੈ ਗਈ ਤੀ ਇਹਨੂੰ ਵਿਆਹ ਕਰਾਉਣ ਦੀ ਕਰਾ ਲਿਆ ਤਾਂ ਕਰਾ ਲਿਆ ਤਾਂ ਵੀ ਕੋਈ ਡਰ ਨਹੀਂ ਚਾਚਾ ਜੀ ਇਹਦੇ ਕਰਕੇ ਤਾਂ ਮੈਨੂੰ ਚੰਨ ਚਾੜਨਾ ਪਿਆ ਇਹਨੂੰ ਪਹਿਲਾਂ ਮੈਂ ਵਾਧੂ ਕਹਿੰਦਾ ਰਿਹਾ ਕਰਾ ਲਿਆ ਵਿਆਹ ਕਰਾ ਲਿਆ ਉਹ ਤਾਂ ਇਹਨੇ ਕਰਾਇਆ ਨਹੀਂ ਅਤੇ ਅੱਜ ਵੇਖ ਲਿਆ ਆਹ ਉਮਰ ਆਹ ਕੰਮ ਕੀਤਾ ਉਮਰ ਉਮਰ ਨਾਲੇ ਸੋਭਦੀਆਂ ਨੇ ਸਾਰੀਆਂ ਗੱਲਾਂ ਗੋਪੀ ਹੋਰ ਪਹਿਲਾਂ ਕਰਾ ਲਾਂਦਾ ਤੈਨੂੰ ਆਹ ਕਿਉਂ ਚੱਬਣਾ ਪੈਂਦਾ ਹੋਰ ਕੀ ਉੱਤੋਂ ਮੇਰਾ ਕਸੂਰ ਕੱਢਦਾ ਕਹਿੰਦਾ ਤੂੰ ਕੀਤਾ ਇਹ ਕੰਮ ਮੈਨੂੰ ਤਾਂ ਇੱਕ ਹੋਰ ਗੱਲ ਦੀ ਸਮਝ ਨਹੀਂ ਆਉਂਦੀ ਗੋਪੀ ਓਏ ਇਹ ਤੁਹਾਨੂੰ ਖਾਣ ਕਿਹੜੀ ਥਿਆਰੀ ਹੈ ਤੀਵੀਂ ਵਾਲੀ ਜਿਹੜੀ ਚੱਕ ਲਿਆਉਂਦੇ ਹੋ ਫੱਟ ਦੇ ਕੇ ਉਹ ਚਾਚਾ ਇਹਦਾ ਮਿਹਨਤ ਕਰਨੀ ਪੈਂਦੀ ਹੈ ਮਿਹਨਤ ਹੋਰ ਕੀ ਮਿਹਨਤ ਨੂੰ ਕਹੀ ਚਲਾਉਣੀ ਪੈਂਦੀ ਹੈ ਉਹ ਬੜਾ ਕੁਝ ਹੈ ਕੰਮ 'ਚ ਵੀ ਸੌਖਾ ਨਹੀਂ ਹੈਗਾ ਨਾ ਤੇਰੇ ਵਾਲੇ ਭਾਈ ਨੂੰ ਫਿਰ ਮੈਂ ਨਾ ਕਹਿ ਕੇ ਦੇਖਾਂ ਵੀ ਜੇ ਮੇਰੇ ਵਾਲਾ ਤੋਪਾ ਜਿਹਾ ਭਰਿਆ ਜਾਵੇ ਚਾਚਾ ਤੂੰ ਵੀ ਬਾਲੇ ਮਜ਼ਾਕ ਕਰਦਾ ਹੁਣ ਤੇਰੀ ਉਮਰ ਹੈ ਲੈ ਉਮਰਾਂ ਨੂੰ ਕੀ ਹੁੰਦਾ ਮਰਦਾਰ ਘੋੜਾ ਨਹੀਂ ਬੁੜੇ ਹੋਇਆ ਕਰਦੇ ਚੱਲ ਠੀਕ ਹੈ ਚਾਚਾ ਮੈਂ ਵੀ ਚੱਲਦਾ ਚੰਗਾ ਚੰਗਾ ਤੂੰ ਨਹੀਂ ਹਟਦਾ ਮਜ਼ਾਕ ਕਰਨ ਤੁਹਾਡੇ ਨਾਲ ਨਹੀਂ ਮਜ਼ਾਕ ਕਰਾਂਗੇ ਭਤੀਜ ਹੋਰ ਕਰਾਂਗੇ ਕਿਹਦੇ ਨਾਲ ਠੀਕ ਆ ਚਾਚਾ ਜਾਇਆ ਮੈਂ
ਕਿਵੇਂ ਆ ਕਰਮਿਆ? ਆ ਵੀ ਸੱਤੀ, ਹੋਰ ਠੀਕ ਹੈ? ਵਧੀਆ ਵਧੀਆ, ਜੜ ਤੇ ਪਤੰਦਰਾ ਕੋਕੇ ਤੇ ਹੋਰ ਜੜ ਨਹੀਂ ਸੀ, ਤੈਨੂੰ ਕਿਹਾ ਤਾਂ ਹੈਗਾ ਸੀ, ਮੈਂ ਕੋਈ ਗੱਲਬਾਤ ਮੈਂ ਵੀ ਕਰੀ ਬੈਠਾ। ਹੋਰ ਲਿਆ ਨਹੀਂ ਹੈ ਉਹ, ਐ ਕਿੱਥੇ ਫਿਰ ਹੁਣ ਟਲੀਦਾ? ਚੱਲ ਵਧੀਆ, ਘਰ ਬਣ ਜਾਏਗਾ ਤੇਰਾ। ਹੋਰ ਯਾਰ ਹੁਣ ਇਹ ਮੈਨੂੰ ਕਿੰਨਾ ਕੁ ਚਿਰ ਰੋਟੀ ਖਵਾਉਂਦੇ, ਹੈ ਤੈਨੂੰ ਪਤਾ ਹੀ ਹੈ ਫਿਰ। ਹਾਂ ਵਿਆਹ ਤਾਂ ਕਰਾਉਣਾ ਹੀ ਪੈਣਾ। ਉਹ ਤਾਂ ਚੱਲ ਠੀਕ ਹੈ, ਪਾਰਟੀ ਪੂਰਟੀ ਫਿਰ? ਓਏ ਕੋਈ ਨੀ, ਬੈਠਦੇ ਆਪਾਂ ਪਾਰਟੀ ਪੂਰਟੀ ਫੁੱਲ ਕਰਾਂਗੇ। ਭੁੱਲਣਾ ਜਾਈ ਪਤੰਦਰਾ? ਨਾ ਨਾ ਤੈਨੂੰ ਕਿਹਦੇ ਭੁੱਲਦੇ ਆ। ਚੱਲ ਠੀਕ ਹੈ ਯਾਰ, ਤੇਰੀ ਭਾਬੀ ਡੀਕਰੀ ਹੋ ਗਈ, ਬਾਜ਼ਾਰ ਜਾ ਕੇ ਆਉਣਾ ਸੀਗਾ। ਠੀਕ ਹੈ, ਚੰਗਾ ਮਿਲਦੇ ਆ। ਪਤੰਦਰਾ ਹੁਣ ਕਿੱਥੇ ਤੇਰੇ ਕੋਲ ਟਾਈਮ? ਸੁੱਖ ਇਹ ਕੀ ਮਜ਼ਾਕ ਹੋਇਆ, ਛੱਡ ਭਾਬੀ। ਕਿਉਂ ਮੇਰਾ ਮਜ਼ਾਕ ਪਸੰਦ ਨਹੀਂ ਆਇਆ? ਨਹੀਂ ਭਾਬੀ, ਮਜ਼ਾਕ ਤਾਂ ਠੀਕ ਹੈ, ਜੇ ਸੁੱਖ ਦੇਖ ਲੈਂਦੀ ਉਹ ਕੀ ਸੋਚਦੀ ਫਿਰ। ਅੱਛਾ ਜੀ, ਨਹੀਂ ਆਪਾਂ ਇੱਕ ਘਰ ਦੇ ਵਿੱਚ ਰਹਿੰਦੇ ਹਾਂ, ਇੱਕ ਘਰ 'ਚ ਹੀ ਰਹਿਣਾ, ਅਤੇ ਹੁਣ ਆਪਾਂ ਮਜ਼ਾਕ ਨਹੀਂ ਕਰ ਸਕਦੇ ਕਿ ਇੱਕ ਦੂਜੇ ਨਾਲ ਹੱਸ ਬੋਲ ਨਹੀਂ ਸਕਦੇ? ਨਹੀਂ ਮਜ਼ਾਕ ਤਾਂ ਕਰ ਸਕਦੇ ਹਾਂ ਭਾਬੀ, ਪਰ ਹੁਣ ਤੂੰ ਬਾਈ ਦੀ ਹੈ ਅਤੇ ਬਾਈ ਦੀ ਬਣ ਕੇ ਰਹਿ। ਅਤੇ ਫਿਰ ਮੈਂ ਕਦੋਂ ਕਹਿੰਦੀ ਹਾਂ ਨਹੀਂ, ਹੱਦ ਹੋ ਗਈ। ਓਏ ਹੋਏ, ਉਹ ਤਾਂ ਨਾ ਮੈਨੂੰ ਉਹਦੇ ਗੁੱਸਾ ਆ ਗਿਆ ਸੀ, ਤਾਂ ਮੈਂ ਤੇਰੇ ਨਾਲ ਥੋੜ੍ਹਾ ਜਿਹਾ ਲੜ ਪਈ ਸੀ, ਗੁੱਸੇ 'ਚ ਬੋਲ ਪਈ ਸੀ। ਐਂ ਤਾਂ ਹੁਣ ਆਪਾਂ ਕਿੰਨਾ ਕੁ ਟਾਈਮ ਲੜ ਲੜ ਕੇ ਰਵਾਂਗੇ। ਬੜੀਆਂ ਮਿੱਠੀਆਂ ਹੀ ਨਾ ਮਾਰ ਭਾਬੀ, ਜੇ ਮੇਰੇ ਨੇੜੇ ਆਈ ਨਾ ਫਿਰ ਨਾ ਕਹੀ ਮੈਨੂੰ ਪਿਆਰ ਹੋ ਜਾਣਾ ਦੁਬਾਰੇ। ਅੱਛਾ ਹੈਗਾ ਹਜੇ ਵੀ ਕਿਸੇ ਕੋਨੇ 'ਚ, ਜੇ ਪਰਦੇ ਨਾਲ ਚੱਲਦਾ ਹੋਇਆ ਤਾਂ ਚਲਾਵਾਂਗੇ। ਅੱਛਾ ਜੀ, ਚੱਲ ਕੋਈ ਨਹੀਂ। ਲੈ ਭਾਬੀ, ਅੱਜ ਤਾਂ ਨਾ ਤੂੰ ਪੁਰਾਣੀਆਂ ਯਾਦਾਂ ਤਾਜ਼ੀਆਂ ਕਰਤੀਆਂ। ਸੁੱਖ ਕੀ ਕਰ ਰਹੀ ਅੰਦਰ? ਅੱਛਾ, ਬੜਾ ਡਰ ਲੱਗਦਾ ਸੁੱਖ ਤੋਂ। ਲੈ ਕਲੇਸ਼ ਨਾ ਪਵਾ ਦੀ ਸਾਡੇ 'ਚ, ਪੰਗਾ ਖੜਾ ਕਰਕੇ ਰੱਖਦੀ। ਉਹ ਨਹੀਂ ਕਲੇਸ਼ ਪਵਾਉਂਦੀ, ਤੈਨੂੰ ਤਾਂ ਐਵੇਂ ਡਰ ਲੱਗੀ ਜਾਂਦਾ। ਡਰਾਂ ਨਾ ਤਾਂ ਹੋਰ ਕੀ ਕਰਾਂ ਦੱਸ ਮੈਨੂੰ, ਇੱਕੋ ਘਰ 'ਚ ਦੋ। ਡਰਨਾ ਜਿਵੇਂ ਮੈਂ ਕਹਿੰਦੀ ਉਵੇਂ ਚੱਲੀ ਚੱਲ, ਠੀਕ ਹੈ? ਉਹ ਤਾਂ ਠੀਕ ਹੈ, ਇੱਕ ਤੀਰ 'ਚ ਦੋ ਕਮਾਨਾਂ ਥੋੜ੍ਹਾ ਨਿਕਲ ਸਕਦੀਆਂ ਨੇ। ਚੱਲ ਠੀਕ ਹੈ, ਬਾਈ ਆ ਗਿਆ। ਆ ਗਿਆ ਬਾਈ। ਓ ਕੀ ਗੱਲਾਂ ਹੱਲਾਂ ਹੋ ਰਹੀਆਂ ਤੁਹਾਡੀਆਂ? ਓ ਕੁਝ ਨਹੀਂ ਬਾਈ, ਤੁਸੀਂ ਕਰੋ ਗੱਲਾਂ, ਮੈਂ ਕੰਮ ਜਾ ਰਿਹਾ ਸੀ। ਉਹ ਬਣਾ ਲਿਆ ਰੋਟੀ ਪਾਣੀ? ਨਾ ਰੋਟੀ ਤਾਂ ਬਣਾ ਲਈ, ਤੇ ਹੁਣ ਅੱਜ ਕਿਹਦੇ ਸੌਦਾ ਸੁਦਾ ਕਰਾ ਕੇ ਆ, ਕਿਹੜੀ ਕੋਠੀ ਵਿਕਾ ਕੇ ਆ? ਉਹ ਕਿਹੜੀਆਂ ਕੋਠੀਆਂ ਵਿਗਾਉਣੀਆਂ ਸੀ, ਉਹ ਤਾਂ ਮੈਂ ਤੇਰੇ ਕਰਕੇ ਜਾਂਦਾ ਸੀ ਵੱਡੀ ਕਲੋਨੀ 'ਚ। ਤੇ ਹੋਰ ਨਾ ਤੁਸੀਂ ਕਰਦੇ ਨਹੀਂ ਸੀ ਆਹ ਵਪਾਰ ਦਾ ਕੰਮ? ਓਏ ਬਸ ਆਪਣੇ ਖੇਤ ਹੀ ਵਾਧੂ ਆ, ਦੱਸ ਵਪਾਰੀਆਂ ਕੀ ਕਰਨਾ। ਅੱਛਾ ਜੀ, ਤੂੰ ਹੁਣ ਮੈਂ ਦੱਸ, ਮੈਨੂੰ ਲਿਆ ਯਾਰ ਕੁਛ, ਭੁੱਖ ਲੱਗੀ ਪਈ ਆ ਸਵੇਰ ਦੀ। ਮੈਨੂੰ ਵੀ ਭੁੱਖ ਲੱਗੀ, ਮੈਂ ਵੀ ਕਿਹੜਾ ਹਜੇ ਖਾਧੀ। ਅੱਛਾ, ਤੁਹਾਡੀ ਵੇਟ ਕਰੀ ਜਾਂਦੀ ਸੀ। ਚੱਲ ਹੁਣ ਤਾਂ ਇਕੱਠੇ ਖਾਇਆ ਕਰਾਂਗੇ। ਚੱਲ ਠੀਕ ਹੈ। ਕਿੰਨਾ ਸੋਹਣਾ ਹੱਸਦੀ ਆ ਓਏ।